ਪੰਚਮ ਗੁਰਦੇਵ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੇ ਹੋਏ ਸਲੋਕ ਨੰਬਰ 30 ਔਰ 31 ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਆਓ ਸਤਿਗੁਰੂ ਜੀ ਦੇ ਇਨ੍ਹਾਂ ਪਾਵਨ ਪਵਿੱਤਰ ਬਚਨਾਂ ਦੀ ਵਿਚਾਰ ਗੁਰੂ ਕਿਰਪਾ ਨਾਲ ਭੈ ਭਾਵਨੀ ਵਿਚ ਰਹਿ ਕੇ ਆਪਾਂ ਕਰ ਸਕੀਏ। ਅਸੀਸ ਆਪਣੀ ਬਖਸ਼ਣੀ ਕਿਰਪਾ ਗੁਰਦੇਵ ਕਰਨ। ਸਤਿਗੁਰੂ ਪੰਚਮ ਪਾਤਸ਼ਾਹ ਜੀ ਮਹਾਰਾਜ ਅੱਜ ਦੇ ਇਨ੍ਹਾਂ ਦੋਨਾਂ ਸ਼ਲੋਕਾਂ ਦੇ ਅੰਦਰ ਦੋ ਵੱਖ ਵੱਖ ਵਿਸ਼ਿਆਂ ਉਪਰ ਸਾਨੂੰ ਕਿਰਪਾ ਕਰਕੇ ਉਪਦੇਸ਼ ਪੈ ਕਰਦੇ। ਪੰਚਮ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਇਹ ਮਨਾ ਇਸ ਪਰਿਵਾਰ ਦੇ ਮੋਹ ਵਿਚ ਇਸ ਸੰਸਾਰ ਦੇ ਮੋਹ ਵਿਚ ਜਿਹੜਾ ਤੂੰ ਰੱਜ ਚੁੱਕਾ ਯਾਦ ਰੱਖ ਇਹ ਸੰਸਾਰ ਦਾ ਮੋਹ ਨਿਭਣ ਵਾਲਾ ਨਹੀਂ। ਇਹ ਤਾਂ ਇਸ ਤਰ੍ਹਾਂ ਜਿਵੇਂ ਮਾਨੋ ਕਿ ਇੱਕ ਮਿਰਗ ਨੂੰ ਪਿਆਸ ਲੱਗੀ ਹੋਵੇ ਜਿਵੇਂ ਇੱਕ ਰੁੱਖ ਦੀ ਛਾਂ ਹੋਵੇ ਤੇ ਤੀਸਰਾ ਗੁਰਦੇਵ ਨੇ ਅੱਜ ਬਚਨ ਕੀਤਾ ਜਿਵੇਂ ਇਹ ਮਾਨੋ ਗੰਧਰਵ ਨਗਰੀ ਹੋਵੇ ਤੇ ਇਹ ਸਤਿਗੁਰੂ ਨੇ ਬਚਨ ਜਿਹੜੇ ਕੀਤੇ ਕਹਿਣ ਲੱਗੇ ਦੁਨੀਆਂ ਦਾ ਮੋਹ ਇਸੇ ਤਰ੍ਹਾਂ ਦਾ ਨਿਭਣ ਵਾਲਾ ਨਹੀਂ ਦੇਖਦਿਆਂ ਅਲੋਪ ਹੋ ਜਾਂਦਾ ਹੈ। ਤੇ ਅਗਲੇ ਸ਼ਲੋਕ ਵਿਚ ਹਜ਼ੂਰ ਨੇ ਕਿਹਾ ਜੇ ਕਿਸੇ ਮਨੁੱਖ ਕੋਲ ਗਿਆਨ ਨਹੀਂ ਉਹਦੇ ਗਲੇ ਵਿਚ ਰਸ ਨਹੀਂ ਉਹਦੇ ਕੋਲ ਕੋਈ ਵੇਦਾਂ ਸ਼ਾਸਤਰਾਂ ਦਾ ਅਭਿਆਸ ਨਹੀਂ ਨਾ ਉਹ ਚਲਾਕ ਚੁਸਤ ਤੇ ਸਿਆਣੇ ਪਰ ਜੇ ਕਿਤੇ ਉਹ ਮਨੁੱਖ ਵੀ ਗੁਰੂ ਪਰਮੇਸ਼ਵਰ ਦੀ ਸੰਗਤ ਵਿਚ ਆ ਜਾਏ ਤੇ ਮੇਰਾ ਸਤਿਗੁਰੂ ਉਸ ਮੂਰਖ ਬੰਦੇ ਨੂੰ ਵੀ ਵਿਦਵਾਨ ਪੰਡਿਤ ਬਣਾ ਦਿੰਦਾ। ਸਲੋਕ ਇਸ ਕਰਕੇ ਆਪਾਂ ਦੋ ਦੋ ਲੈ ਰਹੇ ਹਾਂ। ਕੋਸ਼ਿਸ਼ ਕਰਾਂਗਾ ਸਮੇਂ ਦੇ ਅੰਦਰ ਇਨ੍ਹਾਂ 67 ਸ਼ਲੋਕਾਂ ਦਾ ਭੋਗ ਪੈ ਜਾਏ। ਅੱਗੋਂ ਆਪਾਂ ਦੋ ਦੋ ਤਿੰਨ ਤਿੰਨ ਸ਼ਲੋਕਾਂ ਦੇ ਵਿਸ਼ੇ ਲੈ ਕੇ ਵਿਚਾਰ ਕਰਨੀ। ਖੈਰ ਪਹਿਲਾ ਜਿਹੜਾ ਬਚਨ ਗੁਰਦੇਵ ਨੇ ਅੱਜ ਸ਼ਲੋਕ ਵਿਚ ਕੀਤਾ ਸੰਸਾਰ ਦਾ ਮੋਹ ਨਿਭਣ ਵਾਲਾ ਨਹੀਂ। ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਇਹ ਤਿੰਨੇ ਉਦਾਹਰਣਾਂ ਬਹੁਤ ਵਾਰੀ ਆਈਆਂ ਨੇ ਮਿਰਗ ਦੀ ਤ੍ਰਿਸ਼ਨਾ ਗੰਧਰਵ ਨਗਰੀ ਤੇ ਰੁੱਖ ਦੀ ਛਾਂ। ਕਈ ਵਾਰੀ ਜਿਹੜੀਆਂ ਉਦਾਹਰਣਾਂ ਪਰਤ ਪਰਤ ਕੇ ਆਉਣ ਤੇ ਸੋਚੀਦਾ ਵੀ ਆਪਾਂ ਇਨ੍ਹਾਂ ਦੇ ਅੱਖਰੀ ਅਰਥ ਨਾ ਕਰੀਏ ਇਨ੍ਹਾਂ ਦੇ ਪਿਛੋਕੜ ਵਿਚ ਵੀ ਜਾਣਾ ਚਾਹੀਦਾ ਸਤਿਗੁਰੂ ਨੇ ਉਦਾਹਰਨ ਕਿਉਂ ਦੇ ਦਿੱਤੀ। ਭਾਈ ਗੁਰਦਾਸ ਹੋਰਾਂ ਦੀ ਬਾਣੀ ਵਿਚ ਵੀ ਇਹ ਉਦਾਹਰਣਾਂ ਨੇ। ਮ੍ਰਿਗ ਤ੍ਰਿਸ਼ਨਾ ਦਾ ਭਾਵ ਵਿਦਵਾਨ ਸੱਜਣ ਕਰਦੇ ਨੇ ਕਿ ਜਦੋਂ ਗਰਮੀ ਦੇ ਦਿਨਾਂ ਦੇ ਵਿਚ ਸੂਰਜ ਦੀਆਂ ਕਿਰਨਾਂ ਧਰਤੀ ਤੇ ਪੈਂਦੀਆਂ ਨੇ ਤੇ ਕਦੀ ਰੇਤਲੇ ਅਸਥਾਨ ਤੇ ਰੇਗਿਸਤਾਨ ਦੇ ਕਿਤੇ ਮਾਰੂਥਲ ਦੇ ਇਲਾਕੇ ਵੀ ਜਾ ਕੇ ਦੇਖੋ ਜਦੋਂ ਸੂਰਜ ਦੀ ਕਿਰਨ ਧਰਤੀ ਤੇ ਪੈਂਦੀ ਏ ਤੇ ਜ਼ਮੀਨ ਤੇ ਪਈ ਹੋਈ ਰੇਤ ਉਹਦੀਆਂ ਕਿਰਨਾਂ ਨਾਲ ਚਮਕਦੀ ਏ ਤੇ ਦੂਰੋਂ ਇੰਜ ਪ੍ਰਤੀਤ ਹੁੰਦਾ ਜਿਵੇਂ ਪਾਣੀ ਦੀ ਇੱਕ ਝੀਲ ਪਾਣੀ ਦਾ ਇੱਕ ਤਲਾਬ ਜਾਂ ਪਾਣੀ ਦਾ ਇੱਕ ਦਰਿਆ ਸਾਡੇ ਵੱਲ ਨੂੰ ਵਾਧਾ ਪਿਆ। ਸਤਿਗੁਰੂ ਕਹਿੰਦੇ ਨੇ ਅਸਲ ਵਿਚ ਉਹ ਪਾਣੀ ਹੈ ਨਹੀਂ ਕੇਵਲ ਸਿਰਫ ਸੂਰਜ ਦੀਆਂ ਕਿਰਨਾਂ ਪੈਣ ਦੀ ਦੇਰ ਸੀ ਉਸ ਚਮਕ ਨੇ ਰੇਤ ਦੀ ਚਮਕ ਨੇ ਅੰਦਰ ਨੂੰ ਭੁਲੇਖਾ ਪਾ ਦਿੱਤਾ ਜਿਵੇਂ ਪਾਣੀ ਏ ਤੇ ਮਿਰਗ ਨੂੰ ਪਿਆਸ ਲੱਗਦੀ ਏ ਤੇ ਪਿਆਸ ਦਾ ਤੜਪਦਾ ਹੋਇਆ ਮਿਰਗ ਅੱਖਾਂ ਨੂੰ ਭੁਲੇਖਾ ਪੈ ਗਿਆ। ਧਿਆਨ ਰੱਖਣਾ ਉਸ ਚਮਕ ਦੀ ਰੇਤ ਨੂੰ ਦੇਖ ਕੇ ਮਿਰਗ ਉਸ ਚਮਕ ਵੱਲ ਨੂੰ ਦੌੜਦਾ ਕਿ ਸ਼ਾਇਦ ਕਿਤੇ ਪਾਣੀ ਦੀ ਬੂੰਦ ਮਿਲ ਜਾਏ ਕਿਤੇ ਪਾਣੀ ਦੀ ਝੀਲ ਤੋਂ ਮੇਰੀ ਪਿਆਸ ਦੂਰ ਹੋ ਜਾਏ ਪਰ ਮੇਰੇ ਗੁਰੂ ਗ੍ਰੰਥ ਸਾਹਿਬ ਸੱਚੇ ਪਿਤਾ ਕਹਿੰਦੇ ਨੇ ਮਿਰਗ ਸਾਰਾ ਦਿਨ ਪਿਆਸਾ ਜਾਂਦਾ ਉਸ ਰੇਤ ਦੀ ਚਮਕ ਤੇ ਭੁਲੇਖਾ ਖਾ ਕੇ ਭਰੋਸਾ ਕਰ ਬੈਠਦਾ ਸਾਰਾ ਦਿਨ ਦੌੜਦਾ ਰਹਿੰਦਾ ਪਰ ਵਿਚਾਰੇ ਨੂੰ ਸਾਰਾ ਦਿਨ ਉਸ ਚਮਕ ਨੇ ਆਪਣੇ ਪਿੱਛੇ ਲਾਈ ਰੱਖਿਆ। ਜਿਉਂ ਜਿਉਂ ਉਹ ਚਮਕ ਦੇ ਨੇੜੇ ਜਾਂਦਾ ਤਿਉਂ ਤਿਉਂ ਪਾਣੀ ਦੂਰ ਭਾਸਦਾ ਤੇ ਸਾਰਾ ਦਿਨ ਦੌੜਨ ਤੋਂ ਬਾਅਦ ਮਿਰਗ ਨੂੰ ਸਵਾਏ ਮੌਤ ਤੋਂ ਉਹਦੇ ਪੱਲੇ ਪਾਣੀ ਦੀ ਇੱਕ ਵੀ ਬੂੰਦ ਨਹੀਂ ਪੈਂਦੀ। ਸਾਹਿਬ ਕਹਿੰਦੇ ਨੇ ਦੂਰੋਂ ਚਮਕ ਬੜੀ ਹੈ ਦੂਰੋਂ ਪ੍ਰਤੀਤ ਹੁੰਦਾ ਕਿ ਪਾਣੀ ਏ ਪਰ ਅਸਲ ਵਿਚ ਪਾਣੀ ਹੈ ਨਹੀਂ। ਸਤਿਗੁਰੂ ਨੇ ਦੂਸਰੀ ਉਦਾਹਰਨ ਲਈ ਮੈਂ ਇਸ ਸ਼ਬਦ ਵੀ ਜਿਹੜੀਆਂ ਦੋ ਉਦਾਹਰਨਾਂ ਆਈਆਂ ਨੇ ਗੰਧਰਵ ਨਗਰੀ ਕੀ ਇਹਨੂੰ ਵੈਸੇ ਭਾਈ ਕਾਹਨ ਸਿੰਘ ਲਾਭਾ ਨੇ
ਇਹ ਵੀ ਸ਼ਬਦ ਵਰਤੇ ਨੇ। ਹਰ ਚੰਦੌਰੀ ਵੀ ਇਹਨੂੰ ਕਹਿੰਦੇ ਨੇ, ਗੰਧਰਵ ਨਗਰੀ ਵੀ ਕਹਿੰਦੇ ਨੇ, ਇਹਨੂੰ ਚਿਤਰਮ ਵੀ ਕਹਿੰਦੇ ਨੇ, ਇਹਨੂੰ ਸਿਕੋਟ ਵੀ ਕਹਿੰਦੇ ਨੇ। ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿਚ ਸਾਹਿਬ ਜੀ ਕਹਿੰਦੇ ਨੇ ਇਹਨੂੰ ਇਥੋਂ ਤੱਕ ਕਿ ਹਰੀਸ਼ ਚੰਦਰਪੁਰ ਵੀ ਕਹਿੰਦੇ। ਕਈ ਵਾਰੀ ਅਸੀਂ ਜਦੋਂ ਪੜ੍ਹਨੇ ਆ ਹਰ ਚੰਦੌਰੀ ਕੀ ਏ, ਅਰਥ ਸਿਰਫ ਇੰਨੇ ਕੁ ਜ਼ਰੂਰ ਕਰਨੇ ਆ ਕਿ ਇਕ ਖਿਆਲੀ ਨਗਰੀ, ਇਕ ਹਵਾਈ ਕਿਲਾ। ਪਰ ਸਿਆਣੇ ਵਿਦਵਾਨਾਂ ਨੇ ਇਹਦੇ ਪਿਛੋਕੜ ਕੋਈ ਉਦਾਹਰਨ ਦਿੱਤੀ। ਜਦੋਂ ਹਰ ਚੰਦੌਰੀ ਕਹਾਂਗੇ, ਹਰੀਸ਼ ਚੰਦਰਪੁਰ ਕਹਾਂਗੇ, ਜਾਂ ਸਾਨੂੰ ਗੰਧਰਵਾ ਨਗਰੀ ਕਹਾਂਗੇ, ਤੇ ਕੁਦਰਤੀ ਤੌਰ ਤੇ ਇਹ ਸਵਾਲ, ਇਹ ਤਰਕ ਪੈਦਾ ਹੋਵੇਗਾ, ਇਹ ਗੰਧਰਵ ਨਗਰੀ ਹੈ ਕੀ, ਇਹਦੀ ਆਰੰਭਤਾ ਕਿਵੇਂ ਹੋਈ। ਤੇ ਮਾਰਕੰਡੇ ਪੁਰਾਣ ਦੇ ਅੰਦਰ ਇਹਦੀ ਬੜੀ ਸੋਹਣੀ ਘਟਨਾ ਦਿੱਤੀ। ਭਾਈ ਕਾਨ ਸਿੰਘ ਨਾਭਾ ਹੋਰਾਂ ਨੇ ਇਹਨੂੰ ਵਿਸਤਾਰ ਨਾਲ ਅੰਕਿਤ ਕੀਤਾ ਹੈ। ਕਹਿਣ ਲੱਗੇ, ਸੂਰਜ ਵੰਸ਼ ਦੇ ਅੰਦਰ 28ਵਾਂ ਰਾਜਾ ਹੋਇਆ ਜਿਹਦਾ ਨਾਮ ਸੀ ਹਰੀਸ਼ ਚੰਦਰ, ਇਹਦੇ ਪਿਤਾ ਦਾ ਨਾਮ ਸੀ ਤ੍ਰਿਸ਼ੰਕੂ। ਤੇ ਭਾਈ ਸਾਹਿਬ ਭਾਈ ਕਾਨ ਸਿੰਘ ਨਾਭਾ ਲਿਖਦੇ ਨੇ, ਮੈਂ ਸੰਖੇਪ ਵਿਚ ਅਰਜ ਕਰਦੇ ਹਾਂ, ਕਹਿੰਦੇ ਨੇ ਕਿ ਹਰੀਸ਼ ਚੰਦਰ ਜਿਹੜਾ ਦਾਨੀ ਪੁਰਸ਼ ਸੀ, ਇਕ ਵਾਰੀ ਵਿਸ਼ਵਾਮਿੱਤਰ ਨੇ ਕਿਸੇ ਤਰੀਕੇ ਦੇ ਨਾਲ, ਮੈਂ ਡਿਟੇਲ ਵਿਚ ਨਹੀਂ ਜਾਣਾ ਚਾਹੁੰਦਾ, ਇਹਦੇ ਤੋਂ ਦਾਨ ਮੰਗਿਆ, ਸਭ ਕੁਝ ਇਹਦੇ ਤੋਂ ਮੰਗ ਲਿਆ, ਕੇਵਲ ਇਕ ਤਨ ਦੇ ਕੱਪੜੇ, ਇਕ ਦੀ ਇਸਤਰੀ ਤੇ ਇਕ ਦਾ ਪੁੱਤਰ ਰੋਹਤ ਉਹ ਰਹਿਣ ਦਿੱਤੇ, ਬਾਕੀ ਇਹਦੇ ਪੱਲੇ ਕੁਝ ਨਾ ਛੱਡਿਆ, ਇਹਨੂੰ ਜੰਗਲ ਵੀ ਧੱਕ ਦਿੱਤਾ। ਤੇ ਲਿਖਦੇ ਨੇ ਵਿਦਵਾਨ ਸੱਜਣ, ਇਹ ਹਰੀਸ਼ ਚੰਦਰ ਜਦੋਂ ਬਨਾਰਸ ਵੱਲ ਨੂੰ ਤੁਰਿਆ, ਫਿਰ ਉਹ ਮਿਲਿਆ ਵਿਸ਼ਵਾਮਿੱਤਰ, ਉਹਨੇ ਫਿਰ ਦਾਨ ਦੀ ਅੱਗੇ ਦਕਸ਼ਨਾ ਮੰਗੀ, ਤੇ ਉਹਦੇ ਬਦਲੇ ਉਸਨੇ ਆਪਣੇ ਪੁੱਤਰ ਤੇ ਘਰ ਵਾਲੀ ਨੂੰ ਵੇਚ ਕੇ ਵੀ ਰਿਸ਼ੀ ਨੂੰ ਖੁਸ਼ ਕੀਤਾ। ਪਰਤ ਕੇ ਕਹਿੰਦੇ ਨੇ, ਆਪ ਇਹ ਚੰਡਾਲ ਦੇ ਦਰ ਤੇ ਵਿਕ ਗਿਆ, ਜਿਹਨੂੰ ਧਰਮ ਰਾਜ ਕਹਿੰਦੇ ਨੇ। ਇਹਦਾ ਕੰਮ ਸੀ ਕਿ ਸ਼ਮਸ਼ਾਨ ਘਾਟ ਵਿਚ ਮੁਰਦਿਆਂ ਦੇ ਕੱਪੜੇ ਉਤਾਰਨੇ, ਪਰਮੇਸ਼ਵਰ ਦੀ ਕਰਨੀ, ਇਹਦੀ ਰਾਣੀ ਤੇ ਪੁੱਤਰ ਵਿਕ ਚੁੱਕੇ ਨੇ। ਤੇ ਜਦੋਂ ਇਹਦੇ ਪੁੱਤਰ ਦੀ ਮੌਤ ਸੱਪ ਦੇ ਡੰਗਣ ਨਾਲ ਹੋਈ, ਤੇ ਪੁੱਤਰ ਦੀ ਲਾਸ਼ ਨੂੰ ਲੈ ਕੇ ਸ਼ਮਸ਼ਾਨ ਘਾਟ ਆਈ, ਰਾਜੇ ਨੇ ਆਪਣੇ ਫਰਜ਼ ਨੂੰ ਪੂਰਿਆ ਕੀਤਾ। ਤੇ ਉਸ ਵਕਤ ਕਹਿੰਦੇ ਨੇ ਦੇਵਤੇ ਆਏ, ਉਹਨਾਂ ਨੇ ਕਿਹਾ, ਰਾਜਨ ਤੇਰੀ ਜਿਹੜੀ ਸੇਵਾ ਸਫਲ ਹੋ ਗਈ, ਤੈਨੂੰ ਅਸੀਂ ਸਵਰਗ ਦਾ ਰਾਜ ਦਿੰਦੇ ਹਾਂ। ਤੇ ਰਾਜੇ ਨੇ ਕਿਹਾ, ਨਹੀਂ, ਮੈਂ ਆਪਣੇ ਮਾਲਕ ਧਰਮ ਰਾਜ ਦੇ ਹੁਕਮ ਤੋਂ ਬਿਨਾਂ ਜਾਣਾ ਨਹੀਂ। ਧਰਮ ਰਾਜ ਨੇ ਉਸ ਵਕਤ ਕਿਹਾ, ਤੂੰ ਚਲਾ ਜਾ। ਖੈਰ, ਸੰਖੇਪ ਵਿਚ ਮੈਂ ਅਰਜ ਕਰਾਂ, ਇਹਦੇ ਪੁੱਤਰ ਨੂੰ ਰਾਜ ਤਿਲਕ ਵੀ ਮਿਲ ਗਿਆ। ਕਹਿੰਦੇ ਨੇ, ਇਹਨੇ ਕਿਹਾ, ਮੈਂ ਇਕੱਲੇ ਨਹੀਂ, ਆਪਣੀ ਪਰਜਾ ਸਮੇਤ ਜਾਣੇ, ਪਰਜਾ ਸਮੇਤ ਇਹ ਸਵਰਗ ਨੂੰ ਗਿਆ, ਇੰਦਰ ਲੋਕ ਨੂੰ ਗਿਆ। ਕਹਿੰਦੇ ਨੇ, ਨਾਰਦ ਨੇ ਨਾ ਫਰੇਬ ਕਰਕੇ ਇਸ ਤੋਂ ਦਾਨ ਆਪਣਾ ਕਰਨ ਦੀ ਮਹਿਮਾ ਕਰਾ ਦਿੱਤੀ। ਇਹ ਵਿਚਾਰਾ ਮਹਿਮਾ ਕਰ ਬੈਠਾ, ਇਹਨੂੰ ਸਵਰਗ ਤੋਂ ਸੱਟਿਆ ਗਿਆ, ਰਸਤੇ ਵਿਚ ਅਜੇ ਆਉਂਦਾ ਪਿਆ, ਤੇ ਇਹਨੇ ਈਸ਼ਵਰ ਅੱਗੇ ਆਪਣੀ ਕੀਤੀ ਹੋਈ ਭੁੱਲ ਦੀ ਖਿਮਾ ਮੰਗੀ। ਤੇ ਕਹਿੰਦੇ ਨੇ, ਜਿੱਥੇ ਇਹਨੇ ਖਿਮਾ ਮੰਗੀ ਤੇ ਪਰਮੇਸ਼ਵਰ ਦੀ ਕਰਨੀ, ਉਥੇ ਇਹਦੀ ਨਗਰੀ ਅਟਕ ਗਈ। ਉਹਨੂੰ ਕਹਿੰਦੇ ਨੇ ਗੰਧਰਵਾ ਨਗਰੀ, ਨਾ ਉਹ ਥੱਲੇ ਵੇ, ਨਾ ਉਹ ਉੱਤੇ ਵੇ। ਪਰ ਗੁਰਮਤ ਵਿਚ ਇਹਦਾ ਉਦਾਹਰਣ ਜਿਹੜੀ ਲਈ, ਇਹਨੂੰ ਕੇਵਲ ਖਿਆਲੀ ਨਗਰੀ ਕਿਹਾ, ਨਗਰੀ ਕਿਤੇ ਹੈ ਨਹੀਂ। ਅਸਲ ਵਿਚ ਆਪਾਂ ਦੇਖਦੇ ਹਾਂ, ਜਦੋਂ ਸੂਰਜ ਸਰਦੀ ਦੇ ਦਿਨਾਂ ਵਿਚ ਧੁੰਦ ਪਏ ਤੇ ਉਹਦੀਆਂ ਕਿਰਨਾਂ ਅਸਮਾਨ ਤੇ ਜਦੋਂ ਧੁੰਦ ਤੇ ਪੈਂਦੀਆਂ ਨੇ, ਤੇ ਗਾੜੀ ਧੁੰਦ ਜਿਹੜੀ ਏ ਅੱਖਾਂ ਨੂੰ ਭੁਲੇਖਾ ਪਾਉਂਦੀ ਏ, ਤੇ ਸਾਡਾ ਮਨ ਜਿਹੜਾ ਕਈ ਤਰ੍ਹਾਂ ਦੀਆਂ ਤਸਵੀਰਾਂ ਉਸ ਧੁੰਦ ਵਿਚੋਂ ਚਿੱਤਰ ਲੈਂਦਾ, ਮਕਾਨ ਬਣਾ ਲੈਂਦਾ, ਸੋਹਣੇ ਬਾਗ ਬਣਾ ਲੈਂਦਾ, ਕੇਵਲ ਸਾਡੀਆਂ ਅੱਖਾਂ ਦਾ ਭੁਲੇਖਾ ਤੇ ਅੰਦਰ ਦਾ ਚਿਤਵਨ ਏ, ਪਰ ਅਸਲ ਵਿਚ ਉਹ ਬਾਗ ਉਹ ਮਹੱਲ ਹੁੰਦੇ ਨੇ। ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਅੱਜ ਬਚਨ ਕੀਤਾ, ਕਹਿਣ ਲੱਗੇ, ਪਿਆਰਿਆ, ਅਸਲ ਵਿਚ ਇਹ ਗੰਧਰਵਾ ਨਗਰੀ ਤੇ ਭਰੋਸਾ ਕਰਨ, ਦੂਸਰੀ ਗੱਲ ਮ੍ਰਿਗ ਦੀ ਤ੍ਰਿਸ਼ਨਾ, ਰੇਤ ਦੀ ਚਮਕ ਤੇ ਪਾਣੀ ਸਮਝ ਕੇ ਭਰੋਸਾ ਕਰ ਲੈਣਾ, ਤੇ ਤੀਸਰਾ ਬਚਨ ਕੀਤਾ, ਰੁੱਖ ਦੀ ਛਾਂ ਤੇ ਭਰੋਸਾ ਕਰਨਾ। ਇਹ ਕਦੀ ਵੀ ਨਾਲ ਨਿਭਦੇ ਨਹੀਂ ਹੂੰ, ਅਸਲੀਅਤ ਇਹਨਾਂ ਦੀ ਨਹੀਂ। ਇਸੇ ਤਰ੍ਹਾਂ ਜਿਹੜਾ ਤੂੰ ਮੋਹ ਪਰਿਵਾਰ ਦੇ ਮੋਹ ਵਿਚ ਟਿਕੇ, ਇਹ ਵੀ ਨਿਭਣ ਵਾਲੇ ਨਹੀਂ, ਇਹ ਵੀ ਕੇਵਲ ਤੇਰੇ ਅੰਦਰ ਦਾ ਇਕ ਭੁਲੇਖ ਹੈ। ਸਤਿਗੁਰੂ ਕੀ ਬਾਣੀ ਵਿਚ ਅਸੀਂ ਪੜ੍ਹਨੇ ਆ, ਸਾਹਿਬ ਕਹਿੰਦੇ ਨੇ ਕਿ ਮ੍ਰਿਗ ਤ੍ਰਿਸ਼ਨਾ ਪੇਖ ਭੁੱਲਣੇ ਬੁੱਠੇ ਨਗਰ ਗੰਧਰਵ। ਕਹਿਣ ਲੱਗੇ, ਇਹਨਾਂ ਤੇ ਭਰੋਸਾ ਨਾ ਕਰੀ, ਪਰ ਕਿਹਦੇ ਤੇ ਭਰੋਸਾ ਕਰਨੇ, ਜਿੰਨੀ ਸੱਚ ਅਰਾਧਿਆ ਨਾਨਕ ਮਨ ਤਨ ਫੱਬ, ਇਸ ਮੋਹ ਤੇ ਯਕੀਨ ਨਾ ਕਰ, ਤੂੰ ਸੱਚੇ ਨਾਮ ਨੂੰ ਅਰਾਧ ਲੈ, ਕਿਉਂਕਿ ਨਾਮ ਤਾਂ ਅੱਗੇ ਨਿਭਣ ਵਾਲਾ,
ਗੁਰੂ ਤੇਗ ਬਹਾਦਰ ਜੀ ਦੇ ਬਚਨ ਪੜ੍ਹਨੇ ਆ, ਉਨ੍ਹਾਂ ਨੇ ਵੀ ਇਹੀ ਕਿਰਪਾ ਕੀਤੀ। ਕਹਿੰਦੇ ਨੇ ਇਹ ਤਾਂ ਇਸੇ ਤਰ੍ਹਾਂ ਮੋਹੇ ਛਿੰਨ ਭੰਗਰ ਕਿ ਜਿਵੇਂ ਮਾਨੋ ਕਿਸੇ ਨੇ ਰੇਤ ਲੈ ਕੇ ਦੀਵਾਰ ਬਣਾ ਦਿੱਤੀ। ਕੰਧ ਬਣਾਈ ਬੜੀ ਸੋਹਣੀ ਏ, ਰੇਤ ਦੀ ਕੰਧ ਸਦਾ ਰਹਿੰਦੀ ਨਹੀਂ। ਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਐ ਮੇਰੇ ਮਨਾ, ਤੂੰ ਇਹ ਗੱਲ ਸੱਚੀ ਤੌਰ ਤੇ ਦਿਲ ਕਰ ਲੈ, ਜਿਵੇਂ ਰੇਤ ਦੀ ਕੰਧ ਚਿਰਦਿਆਂ ਉਹਦੇ ਢਿੰਡਿਆਂ ਦੇਰੀ ਨਹੀਂ, ਤੇ ਜਿਸ ਮੋਹ ਵਿਚ ਤੂੰ ਖਚਤ ਹੋਇਆ ਬੈਠੇ ਇਹਦੇ ਵੀ ਬਿਣਸਦਿਆਂ ਕੋਈ ਦੇਰੀ ਨਹੀਂ ਲੱਗਣੀ। ਸਾਹਿਬ ਨੇ ਬਚਨ ਕੀਤਾ, ਕਹਿਣ ਲੱਗੇ ਬਾਰੂ ਭੀਤ ਬਣਾਈ ਰਚ ਪਚ, ਰਹਿਤ ਨਹੀਂ ਦਿਨ ਚਾਰ, ਤੈਸੇ ਹੀ ਇਹ ਸੁਖ ਮਾਇਆ ਕੇ ਉਰਜਿਓ ਕਾਂਗਵਾਰ। ਇਹ ਵੇਖਣ ਨੂੰ ਭੁਲੇਖਾ ਪਾਉਂਦੀ ਏ, ਪਰ ਅਸਲੀਅਤ ਇਹਦੀ ਕੁਝ ਹੋਰ। ਗੁਰਮਤ ਦੇ ਮਹਾਨ ਵਿਆਖਿਆਕਾਰ ਭਾਈ ਸਾਹਿਬ ਭਾਈ ਗੁਰਦਾਸ ਹੋਰਾਂ ਨੇ ਆਪਣੀ ਵਾਰ ਦੇ ਅੰਦਰ ਬੜੀ ਪਿਆਰੀ ਉਦਾਹਰਨ ਇੱਕ ਪਰਥਾਏ ਦਿੱਤੀ। ਉਹਨਾਂ ਨੇ ਇੱਕ ਨਹੀਂ ਤਿੰਨ ਚਾਰ ਉਦਾਹਰਨਾਂ ਦਿੱਤੀਆਂ। ਕਹਿੰਦੇ ਨੇ ਕਈ ਵਾਰੀ ਕੇਵਲ ਭੁਲੇਖਾ ਪੈ ਜਾਂਦਾ ਪਰ ਅਸਲੀਅਤ ਕੁਝ ਹੋਰ ਹੁੰਦੀ। ਭਾਈ ਗੁਰਦਾਸ ਨੇ ਪਹਿਲੀ ਉਦਾਹਰਨ ਦਿੱਤੀ ਇਸ ਗੰਧਰਵ ਨਗਰੀ ਦੀ। ਕਹਿਣ ਲੱਗੇ ਇਸ ਧੁੰਦ ਦੀ ਬਣੀ ਕੋਈ ਖਿਆਲੀ ਨਗਰੀ ਤੇ ਯਕੀਨ ਨਾ ਕਰੀ, ਉਹਨਾਂ ਬਾਗਾਂ ਵਿਚ ਤੈਨੂੰ ਮਿੱਠੇ ਫਲ ਨੀ ਮਿਲਣੇ, ਉਹ ਜਿਹੜੇ ਕਿੜੇ ਤੂੰ ਚਿਤਵੀ ਬੈਠਾ ਉਹਨਾਂ ਵਿਚ ਤੈਨੂੰ ਰਹਿਣ ਦਾ ਸਮਾਂ ਨੀ ਮਿਲਣਾ। ਕੁਛ ਹੈ ਨਹੀਂ, ਕੇਵਲ ਅੱਖਾਂ ਦਾ ਭੁਲੇਖਾ ਹੈ, ਅਸਲੀਅਤ ਕੁਝ ਹੋਰ। ਤੇ ਭਾਈ ਸਾਹਿਬ ਨੇ ਦੂਸਰੀ ਉਦਾਹਰਨ ਲਈ। ਕਹਿਣ ਲੱਗੇ ਹੁਣ ਰਾਤ ਨੂੰ ਆਪਾਂ ਸੁੱਤੇ ਹਾਂ ਤੇ ਸੁੱਤਿਆਂ ਸੁਪਨਾ ਆਇਆ, ਪਿਆ ਬੰਦਾ ਭਾਵੇਂ ਰਾਤ ਨੂੰ ਭੁੱਖਾ ਹੀ ਹੋਵੇ, ਇੰਨੀ ਵੀ ਘਰ ਕਮਾਈ ਨਾ ਹੋਵੇ ਕਿ ਰਾਤ ਨੂੰ ਪੇਟ ਭਰ ਕੇ ਰੋਟੀ ਵੀ ਖਾ ਸਕੇ, ਰਾਤ ਨੂੰ ਭੁੱਖਾ ਸੁੱਤਾ ਤੇ ਸੁਪਨਾ ਆ ਗਿਆ ਮੈਂ ਸਮਰਾਟ ਬਣ ਗਿਆ ਵਾਂ। ਭਾਈ ਗੁਰਦਾਸ ਕਹਿੰਦੇ ਨੇ ਸੁਪਨੇ ਵਿਚ ਫੌਜ ਵੀ ਰੱਖੀ ਏ, ਸੁਪਨੇ ਅੰਦਰ ਇਹਦੇ ਕੋਲ ਪਰਜਾ ਵੀ ਹੈ, ਸੁਪਨੇ ਵਿਚ ਝੁੱਕ ਕੇ ਸਲਾਮਾ ਕਰਨ ਵਾਲੇ ਵੀ ਨੇ, ਪਰ ਸੁਪਨੇ ਦੇ ਰਾਜ ਤੇ ਯਕੀਨ ਨਾ ਕਰੀ, ਕਿਉਂਕਿ ਜਦੋਂ ਅੱਖ ਖੁੱਲੇਗੀ ਉਸ ਵੀ ਮੰਜੇ ਤੇ ਪਿਆ ਜਿੱਥੇ ਰਾਤ ਨੂੰ ਤੂੰ ਭੁੱਖਾ ਸੁੱਤਾ ਸੀ। ਸੁਪਨੇ ਵਿਚ ਰਾਜ ਭੋਗੇ ਨੇ, ਪਰ ਸੁਪਨੇ ਦੇ ਰਾਜ ਦਾ ਸੁੱਖ ਅੱਖਾਂ ਖੋਲ ਕੇ ਕਦੀ ਨੀ ਮਿਲਦਾ। ਭਾਈ ਗੁਰਦਾਸ ਕਹਿੰਦੇ ਨੇ ਸੰਸਾਰ ਦਾ ਸੁੱਖ ਇੱਕ ਸੁਪਨਾ ਹੀ, ਜਿੰਨੀ ਦੇਰ ਤੱਕ ਮਾਇਆ ਦੀ ਨੀਂਦ ਵੀ ਸੁੱਤਾ ਏ ਇਹ ਸੁਪਨਾ ਆਪਣੇ, ਤੇ ਜਿੱਦਣ ਮੌਤ ਆਈ ਅੱਖ ਖੁੱਲੀ ਤੇ ਯਾਦ ਰੱਖੀ ਉਦਣ ਚੇਤਾ ਆ ਜਾਣੇ, ਜਿਹਨੂੰ ਮੈਂ ਆਪਣਾ ਸਮਝੀ ਬੈਠਾ ਸਾਂ ਇਹਨਾਂ ਵਿਚੋਂ ਤੇ ਮੇਰਾ ਕੋਈ ਹੈ ਨਹੀਂ, ਕਿੱਥੇ ਪਰਜਾ ਕਿੱਥੇ ਇਹਦੀ ਸਲਤਨਤ ਕਿੱਥੇ ਫੌਜ ਤੇ ਕਿੱਥੇ ਪਰਿਵਾਰ। ਜਿਵੇਂ ਸੁਪਨੇ ਦਾ ਰਾਜ ਸੱਚਾ ਨਹੀਂ ਤੇ ਦੁਨੀਆਂ ਦਾ ਮੋਹ ਵੀ ਨਿਭਣ ਵਾਲਾ ਨਹੀਂ, ਇਹ ਵੀ ਸੱਚਾ ਨਹੀਂ, ਸੁੱਤਿਆ ਹੈ ਪਰ ਜਾਗਦਿਆ ਨਹੀਂ। ਭਾਈ ਸਾਹਿਬ ਨੇ ਅਗਲਾ ਬਚਨ ਕਿਹਾ, ਕਹਿਣ ਲੱਗੇ ਗਰਮੀ ਪੈਂਦੀ ਆਪਾਂ ਰੁੱਖ ਦੀ ਛਾਂ ਤੇ ਯਕੀਨ ਨਾ ਕਰੀਏ, ਕਿਉਂਕਿ ਦਿਨ ਚੜ੍ਹਦਾ ਤੇ ਰੁੱਖ ਦੀ ਛਾਂ ਪੱਛਮ ਵਾਲੇ ਪਾਸੇ ਲਹਿੰਦੇ ਵਾਲੇ ਪਾਸੇ ਵੀ। ਤੇ ਭਾਈ ਗੁਰਦਾਸ ਕਹਿੰਦੇ ਨੇ ਜੇ ਸੂਰਜ ਚੜ੍ਹਿਆ ਤੂੰ ਰੁੱਖ ਦੀ ਛਾਂ ਥੱਲੇ ਬੈਠ ਗਏ, ਇਹ ਕਹਿ ਕੇ ਇਹ ਛਾਂ ਸਦਾ ਲਈ ਇਸੇ ਤਰ੍ਹਾਂ ਟਿਕੀ ਰਹਿਣੀ ਏ, ਆਪਣੇ ਮਨ ਦੇ ਭਰਮ ਨੂੰ ਦੂਰ ਕਰ ਲੈ। ਰੁੱਖ ਦੀ ਛਾਂ ਸੂਰਜ ਚੜ੍ਹਦਿਆਂ ਲਹਿੰਦੇ ਵੱਲ ਨੂੰ ਹੁੰਦੀ ਏ, ਤੇ ਜਿੱਧਰ ਸੂਰਜ ਛਿਪਦਾ ਲਹਿੰਦੇ ਨੂੰ ਉਧਰ ਫਿਰ ਇਹ ਛਾਂ ਟਿਕਦੀ ਨਹੀਂ। ਸੂਰਜ ਲਹਿੰਦੇ ਨੂੰ ਆਇਆ ਤੇ ਛਾਂ ਚੜ੍ਹਦੇ ਨੂੰ ਚਲੀ ਗਈ, ਇਹਦੇ ਤੇ ਕੀ ਯਕੀਨ ਕਰੇਗਾ। ਰੁੱਖ ਦੀ ਛਾਂ ਕਦੀ ਵੀ ਭਰੋਸਾ ਨਾ ਕਰੀ ਟਿਕਣੀ ਨਹੀਂ, ਜਿਵੇਂ ਰੁੱਖ ਦੀ ਛਾਂ ਨੀ ਟਿਕਦੀ ਮਨਾ ਕਿਸ ਕਿਸ ਮੋਹ ਵਿਚ ਪੈ ਗਿਆ ਟਿਕਣਾ ਇਹਨੇ ਵੀ ਨਹੀਂ। ਸਤਿਗੁਰੂ ਨੇ ਬੜੇ ਕਮਾਲ ਦੇ ਬਚਨ ਕਹਿ, ਆ ਮੇਰੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੰਜ ਸਪੁੱਤਰ ਤੇ ਇਕ ਸਪੁੱਤਰੀ ਸੀ ਬੀਬੀ ਵੀਰੋ, ਬੜੇ ਪਿਆਰੇ ਬਚਨ ਕਹਿ ਸਤਿਗੁਰੂ ਨੇ, ਮੋਹ ਦੀਆਂ ਤੰਦਾਂ ਨੂੰ ਤੋੜ ਕੇ ਰੱਖ ਦਿੱਤਾ ਮੇਰੇ ਗੁਰਦੇਵ ਨੇ, ਪਿਆਰ ਹੈ ਪਰ ਮੋਹ ਨਹੀਂ। ਸਤਿਗੁਰੂ ਦੇ ਵੱਡੇ ਸਪੁੱਤਰ ਬਾਬਾ ਗੁਰਦਿੱਤਾ ਜੀ, ਛੋਟੇ ਬਾਬਾ ਅਟਲ ਰਾਏ ਜੀ, ਬਾਬਾ ਅਣੀ ਰਾਏ ਜੀ, ਚੌਥੇ ਬਾਬਾ ਸੂਰਜਮਲ ਜੀ, ਸਭ ਤੋਂ ਛੋਟੇ ਗੁਰੂ ਤੇਗ ਬਹਾਦਰ ਜੀ ਤੇ ਇਕ ਸਪੁੱਤਰੀ ਏ ਬੀਬੀ ਵੀਰੋ। ਹੁਣ ਕਦੀ ਤੱਕਨੇ ਆ ਹਜ਼ੂਰ ਦੇ ਘਰ ਅੰਦਰ ਉਹਦੇ ਪੁੱਤਰਾਂ ਕੋਲ ਬੜੀ ਬਰਕਤ ਏ, ਕਦੀ ਦੇਖੋ ਸਤਿਗੁਰੂ ਕੇ ਪਿਆਰਿਓ। ਕਈ ਵਾਰੀ ਜਦੋਂ ਆ ਪੰਕਤੀਆਂ ਪੜੀ ਦੀਆਂ ਨੇ ਸਤਿਗੁਰ ਮੇਰਾ ਮਾਰਗ ਵੱਲ ਹੈ, ਤੇ ਤਰਕਸ਼ੀਲ ਮਨ ਕਹਿੰਦਾ ਕਿ ਇਹ ਹੋ ਸਕਦਾ ਹੈ ਨਹੀਂ। ਪਿਆਰਿਓ ਜਦੋਂ ਕੌਤਕ ਤੱਕੀ ਦੇ ਨੇ ਫਿਰ ਮਨ ਨੂੰ ਭਰੋਸਾ ਵੱਜਦਾ, ਗੁਰੂ ਤਾਂ ਬਹੁਤ ਉੱਚਾ, ਤੂੰ ਐਵੇਂ ਮਨਾ ਸ਼ੱਕ ਕਰਕੇ ਬਹਿ ਨਾ ਜਾਏ। ਵੈਸੇ ਨਾ ਗੁਰੂ ਦੇ ਚਰਨਾਂ ਵਿਚ ਜਦੋਂ ਅਸੀਂ ਆਉਂਦੇ ਹਾਂ ਅਰਦਾਸ ਕਰ ਲਿਆ ਕਿ ਮੈਂ ਇੱਕ ਖਿਲ ਸਿਰ ਬੇਨਤੀ ਕਰਨ ਲੱਗਾ ਆਪਣੇ ਪ੍ਰਕਰਨ ਵੱਲ ਆਵਾਂਗਾ, ਅਸੀਂ ਕੁਝ ਦਾਨ ਮੰਗਦੇ ਹਾਂ। ਜਦੋਂ ਕਹਿੰਦੇ ਹਾਂ ਸਤਿਗੁਰੂ ਸਿੱਖਾਂ ਨੂੰ ਸਿੱਖੀ ਦਾਨ,
ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਅੱਗੇ ਅਸੀਂ ਦੋ ਸ਼ਬਦ ਕਹਿੰਦੇ ਹਾਂ ਵਿਸ਼ਾ ਦਾਨ ਤੇ ਨਾਲ ਹੀ ਕਹਿੰਦੇ ਹਾਂ ਭਰੋਸਾ ਦਾਨ। ਤੇ ਕਈ ਵਾਰੀ ਸੋਚੀਦਾ ਕਿ ਵਿਸ਼ਾ ਤੇ ਭਰੋਸੇ ਵਿਚ ਅੰਤਰ ਹੈ। ਇਹ ਦੋਨੋਂ ਨੇੜੇ ਨੇੜੇ ਦੇ ਸ਼ਬਦ ਨੇ, ਵਿਸ਼ਾ ਦਰ ਤੇ ਵਿਸ਼ਵਾਸ। ਕੀ ਵਿਸ਼ਵਾਸ ਤੇ ਭਰੋਸਾ ਦੋ ਸ਼ਬਦ ਕਹਿ ਦਿੱਤੇ ਕਿ ਸਤਿਗੁਰੂ? ਵਿਸ਼ਾ ਦਾਨ ਤੇ ਭਰੋਸਾ ਦਾਨ ਸ਼ਬਦ ਬਿਲਕੁਲ ਦੋਨੋਂ ਨੇੜੇ ਦੇ ਨੇ। ਕੀ ਦੋਨਾਂ ਦੇ ਅਰਥਾਂ ਵਿਚ ਅੰਤਰ ਹੈ? ਸੂਖਮ ਜਿਹਾ ਅੰਤਰ ਹੈ। ਜਦੋਂ ਅਸੀਂ ਕਹਿੰਦੇ ਹਾਂ ਵਿਸ਼ਾ ਦਾਨ, ਇਹਦਾ ਮਤਲਬ ਹੈ ਸਤਿਗੁਰੂ ਮੈਨੂੰ ਇੰਨੀ ਕੁ ਮਤ ਦੇਣੀ, ਮੇਰੇ ਅੰਦਰ ਯਕੀਨ ਪੈਦਾ ਹੋ ਜਾਏ ਕਿ ਰੱਬ ਹੈ। ਵਿਸ਼ਾ ਦਾਨ ਦਰ ਤੇ ਰੱਬ ਹੈ। ਤੇ ਜਦੋਂ ਕਹਿੰਦਾ ਭਰੋਸਾ ਦਾਨ, ਇਹਦਾ ਮਤਲਬ ਇਹ ਮੇਰੇ ਅੰਦਰ ਇੰਨਾ ਯਕੀਨ ਪੈਦਾ ਕਰ ਦਈ ਕਿ ਮੇਰੇ ਮਾਲਕ ਜਿੱਥੇ ਵੀ ਮੈਂ ਯਾਦ ਕਰਾਂ ਰੱਬ ਮੇਰੀ ਮਦਦ ਜ਼ਰੂਰ ਕਰੇਗਾ। ਵਿਸ਼ਾ ਦਾਨ, ਭਰੋਸਾ ਦਾਨ, ਪਹਿਲੀ ਗੱਲ ਬਹੁਤ ਮਨੁੱਖ ਘੱਟ ਨੇ ਜਿਹਦੇ ਹਿਰਦੇ ਵਿਚ ਵਿਸ਼ਵਾਸ ਦੀ ਗੰਢ ਵੱਧ ਜਾਏ। ਮਨ ਟਿਕਦਾ ਨਹੀਂ। ਮੈਂ ਅਰਜ਼ ਕਰ ਰਿਹਾ ਮੋਹ ਨਿਭਣਾ ਨਹੀਂ ਰੁਕਦੀ ਛਾਏ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਦਾ ਸਪੁੱਤਰ ਬਾਬਾ ਅਕਾਲ ਰਾਏ 9 ਸਾਲ ਦੀ ਉਮਰ ਏ, ਗੁਰੂ ਤੇਗ ਬਹਾਦਰ ਜੀ ਦੇ ਮਾਂ ਇਹ ਸਕੇ ਪੁੱਤਰ ਸਨ। ਮਾਤਾ ਨਾਨਕੀ ਦੇ ਦੋ ਪੁੱਤਰ ਸਨ। ਬਾਬਾ ਅਟਲ ਵੱਡੇ ਸਨ, ਗੁਰੂ ਤੇਗ ਬਹਾਦਰ ਜੀ ਛੋਟੇ ਸਨ। ਕੀ ਸਿਰਫ ਇੰਨੀ ਕਿਰਪਾ ਕਿ ਰਾਤ ਨੂੰ ਮਿੱਤਰ ਨਾਲ ਖੇਡੇ ਨੇ, ਮੀਟੀ ਉਹਦੇ ਸਵੇਰੇ ਸਵੇਰੇ ਕਿਆ ਮੋਹਣ, ਰਾਤ ਪੈ ਗਈ ਏ ਦਿਨ ਚੜੇਗਾ ਮੀਟੀ ਵਾਰੀ ਤੂੰ ਦਈ। ਦਿਨ ਚੜਿਆ ਬਾਬਾ ਖੁੰਡੀ ਖੇਡਣ ਆਇਆ ਪਰ ਮੋਹਣ ਆਇਆ ਨਹੀਂ। ਸਾਧ ਸੰਗਤ ਉਸ ਵਕਤ ਕਹਿੰਦੇ ਨੇ ਬਾਬਾ ਮੋਹਣ ਨੂੰ ਰਾਤ ਸੱਪ ਲੜਿਆ ਮੋਹਣ ਨੂੰ, ਤੇ ਸੱਪ ਲੜਨ ਨਾਲ ਮੌਤ ਹੋ ਗਈ। ਮਾਂ ਰੋਂਦੀ ਪਈ ਏ। ਬਾਬਾ ਅਟਲ ਗਏ, ਕਹਿਣ ਲੱਗੇ ਮੋਹਣ ਨੂੰ ਕਹ ਮੇਰੀ ਮੀਟੀ ਦੇ। ਗੁਰੂ ਦਾ ਪੁੱਤਰ ਸੀ ਨਾ, ਮਾਂ ਨੇ ਪੈਰ ਪਕੜ ਕੇ ਕਿਹਾ, ਕਹਿਣ ਲੱਗੀ ਗੁਰੂ ਕੇ ਪੁੱਤਰ ਮੇਰਾ ਮੋਹਣ ਜਾ ਚੁੱਕਾ। ਕਹਿਣ ਲੱਗੇ ਸੁੱਤਾ ਤੁਸੀਂ ਉਠਾਉਂਦੇ ਕਿਉਂ ਨਹੀਂ, ਇਹਨੂੰ ਕਹੋ ਮੇਰੀ ਵਾਰੀ ਦਾ, ਰਾਤ ਇਹਨੇ ਮੈਨੂੰ ਕਿਹਾ ਸੀ ਵਾਰੀ ਦੇਣੀ ਏ। ਮਾਂ ਨੇ ਕਿਹਾ ਬਾਬਾ ਉਹ ਉਸ ਨੀਂਦ ਵੀ ਸੁਣ ਚੁੱਕਾ ਹੈ, ਅੱਗੇ ਸੁਣਦਾ ਸੀ, ਮੈਂ ਆਵਾਜ਼ ਮਾਰ ਕੇ ਉਠਾ ਲੈਂਦੀ ਸਾਂ, ਅੱਜ ਜਿਹੜੀ ਨੀਂਦ ਵਿਚ ਮੋਹਣ ਸੌਂ ਗਿਆ ਉਥੇ ਜਾਂ ਗੁਰੂ ਦੀ ਤੇ ਜਾਂ ਗੁਰੂ ਦੇ ਪੁੱਤਰ ਦੀ ਆਵਾਜ਼ ਜਾਂਦੀ ਹੈ, ਮੇਰੀ ਆਵਾਜ਼ ਨਾਲ ਉਹਨੇ ਨਹੀਂ ਉੱਠਣਾ। ਇਹਦਾ ਮਤਲਬ ਯਕੀਨ ਸੀ ਨਾ। ਕਹਿਣ ਲੱਗੇ ਗੁਰੂ ਦੇ ਪੁੱਤਰ ਦੀ ਆਵਾਜ਼ ਖੁੰਡੀ ਗਲੇ ਵਿਚ ਪਾ ਕੇ ਕਿਹਾ ਇਹੋ ਜੀ ਗੂੜੀ ਨੀਂਦ ਸੁੱਤਾ ਉੱਠਦਾ ਕਿਉਂ ਨਹੀਂ? ਉਹ ਸਤਨਾਮ ਸ੍ਰੀ ਵਾਹਿਗੁਰੂ ਕਹਿ ਕੇ ਉੱਠ ਗਿਆ। ਇਤਿਹਾਸ ਇਹ ਮਿੱਥ ਨਹੀਂ ਉੱਠਿਆ। ਤੇ ਕਹਿੰਦੇ ਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਪਤਾ ਲੱਗਾ, ਦੇਖੋ ਗੁਰੂ ਤੋਂ ਕੁਰਬਾਨ ਕਿਵੇਂ ਹੋਈਦਾ, ਗੁਰਮਤ ਤੋਂ ਕਿਵੇਂ ਕੁਰਬਾਨ ਹੋਈਦਾ। ਸਾਖੀ ਬੜੀਆਂ ਰਮਜ਼ਾਂ ਖੋਲਦੀ ਏ। ਇਕ ਪਾਸੇ ਤਾਕਤ ਇੰਨੀ ਏ, ਗੁਰੂ ਦਾ ਪੁੱਤਰ ਆਵਾਜ਼ ਦਿੰਦਾ ਜਾ ਕਾ ਕਹਿਆ ਦਰਗਾਹ ਚੱਲੇ, ਉਹਦੀ ਗੱਲ ਰੱਬ ਦੇ ਦਰਗਾਹ ਤੱਕ। ਤੇ ਜਦੋਂ ਪਿਤਾ ਨੂੰ ਪਤਾ ਲੱਗਦਾ, ਕਹਿਣ ਲੱਗੇ ਰੱਬ ਦਾ ਸ਼ਰੀਕ ਮੇਰੇ ਘਰ ਪਰਵਾਨ ਨਹੀਂ, ਇਕ ਮਿਆਨ ਵੀ ਦੋ ਤਲਵਾਰਾਂ ਨਹੀਂ, ਪੁੱਤਰ ਜਾਂ ਤੂੰ ਰਹਿ ਜਾਂ ਮੈਂ ਰਹਾਂਗਾ, ਕਿਉਂਕਿ ਜਿਹੜਾ ਕੁਝ ਤੂੰ ਮੰਗ ਕੇ ਲਿਆ ਉਹਦੇ ਬਦਲੇ ਮੈਨੂੰ ਕੁਝ ਅਦਾ ਕਰਨਾ ਪੈਣਾ। ਰੱਬ ਦੇ ਭਾਣੇ ਵੀ ਦਖਲ। ਦੇਖੋ ਕਿੰਨਾ ਵੱਡਾ ਗੁਰਮਤ ਦਾ ਧਾਰਨੀ ਸੀ ਬਾਬਾ ਅਟਲ। ਕਹਿਣ ਲੱਗਾ ਪਿਤਾ ਜੀ, ਇਕ ਤਾਂ ਮੈਨੂੰ ਖਿਮਾ ਬਖਸ਼ਿਓ, ਦੂਜਾ ਤੁਸੀਂ ਨਹੀਂ, ਗੁਰੂ ਨਾਨਕ ਦੀ ਫੁਲਵਾੜੀ ਵਧੇ। ਮੈਂ ਕਹਿੰਦਾ ਬਾਪੂ ਤੂੰ ਟਿਕਿਆ ਰਹੋ, ਪਰ ਕਿਰਪਾ ਕਰਦੇ ਮੈਨੂੰ ਇਜਾਜ਼ਤ ਦੇ, ਮੈਂ ਇਸ ਦੁਨੀਆਂ ਤੋਂ ਕੂਚ ਕਰ ਜਾਣਾ। ਜਿੱਥੇ ਬਾਬਾ ਅਟਲ ਜੀ ਦਾ ਸਥਾਨ, ਇੱਥੇ ਆ ਕੇ ਤਨ ਤੇ ਬਸਤਰ ਲੈ ਜਪਜੀ ਸਾਹਿਬ ਦਾ ਪਾਠ ਕੀਤਾ, ਚਲਾਣਾ ਕਰ ਗਏ। ਗੁਰੂ ਹਰਗੋਬਿੰਦ ਸਾਹਿਬ ਨੂੰ ਪਤਾ ਲੱਗਾ 9 ਮੰਜ਼ਿਲਾ ਇਮਾਰਤ ਅੱਜ ਅਸੀਂ ਤੱਕਨੇ ਆ। 9 ਸਾਲ ਦੀ ਉਮਰ ਵਿਚ ਧਿਆਣਾ ਕੀਤਾ 9 ਮੰਜ਼ਿਲਾ ਇਮਾਰਤ ਏ। ਤੇ ਜਦੋਂ ਮਾਤਾ ਨਾਨਕੀ ਨੇ ਰੁਦਨ ਕੀਤਾ ਤੇ ਇਕੋ ਗੱਲ ਕਹੀ ਸੀ, ਕਹਿਣ ਲੱਗੇ ਨਾਨਕੀ ਜਿਹੜੇ ਸੰਸਕਾਰ ਤੇਰੇ ਪੁੱਤਰ ਦੇ ਸਥਾਨ ਦੇ ਕੋਲ ਹੋਵੇਗਾ ਉਹ ਵੀ ਲੋਕ ਛੁੱਟ ਜਾਣਗੇ। ਇਹੀ ਕਾਰਨ ਕਿ ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਨਵਾਬ ਕਪੂਰ ਸਿੰਘ ਉਹਨਾਂ ਦੀਆਂ ਸਮਾਧਾਂ ਵੀ ਉਥੇ ਸਨ, ਉਹਨਾਂ ਦੇ ਅੰਤਲੇ ਸੰਸਕਾਰ ਉਥੇ ਕੀਤੇ ਗਏ। ਖੈਰ ਮੈਂ ਜਿਹੜੀ ਅਰਜ਼ ਕਰ ਰਿਹਾ ਮੋਹ ਸੰਬੰਧੀ, ਸਾਈ ਦਾਸ ਆਇਆ ਗੁਰੂ ਕਾ ਸਾਂਢੂ ਤੇ ਉਸ ਵਕਤ ਆ ਕੇ ਪੁੱਛਦਾ, ਸਤਿਗੁਰੂ ਤੇਰਾ 9 ਸਾਲ ਦਾ ਬੱਚਾ ਚਲਾ ਗਿਆ, ਕੀ ਤੇਰੇ ਮਨ ਨੂੰ ਖੇਡ ਨਹੀਂ? ਤੇਰੇ ਚਿਹਰੇ ਤੇ ਉਸੇ ਤਰ੍ਹਾਂ ਰੌਣਕ, ਉਸੇ ਤਰ੍ਹਾਂ ਆਸਾ ਦੀ ਵਾਰ ਸੁਣੀ, ਪੁੱਤਰ ਦੀ ਲਾਸ਼ ਘਰ ਪਈ ਏ, ਉਸੇ ਤਰ੍ਹਾਂ ਨਿਤਨੇਮ ਹੋਏ ਨੇ। ਸਤਿਗੁਰੂ ਨੇ ਮੋਹ ਦੇ ਬੰਧਨ ਦੀ ਬੜੀ ਸੋਹਣੀ ਉਦਾਹਰਣ ਦਿੱਤੀ ਛੁਟਕਾਰੇ ਦੀ। ਕਹਿਣ ਲੱਗੇ ਸਾਈ ਦਾਸ,
ਇਸ ਜ਼ਮੀਨ ਤੇ ਲਕੀਰ ਖਿੱਚੇਗਾ। ਸਾਈ ਦਾਸ ਨੇ ਲਕੀਰ ਖਿੱਚੀ, ਪਰਤ ਕੇ ਕਹਿਣ ਲੱਗੇ ਨੂੰ ਮਿਟਾ ਦੇ, ਉਹਨੇ ਮਿਟਾ ਦਿੱਤੀ। ਹਜ਼ੂਰ ਪੁੱਛਦੇ ਨੇ ਸਾਈ ਦਾਸ ਲਕੀਰ ਖਿੱਚਦਿਆਂ ਖੁਸ਼ੀ ਹੋਈ? ਕਹਿਣ ਲੱਗੇ ਬਿਲਕੁਲ ਨਹੀਂ। ਕਹਿਣ ਲੱਗੇ ਮਟੇਂਦਿਆਂ? ਕਹਿਣ ਲੱਗੇ ਮਟੇਂਦਿਆਂ ਵੀ ਕੋਈ ਗਮੀ ਨਹੀਂ। ਕਹਿਣ ਲੱਗੇ ਬਸ ਅਟਲ ਇੱਕ ਰੱਬ ਦੀ ਬਣਾਈ ਹੋਈ ਲਕੀਰ ਸੀ, ਬਣਾ ਦਿੱਤੀ ਤਾਂ ਖੁਸ਼ੀ ਨਹੀਂ, ਜੇ ਉਹਨੇ ਮਟੇ ਦਿੱਤੀ ਤੇ ਕੋਈ ਗਮੀ ਨਹੀਂ, ਕਿਉਂਕਿ ਇਸ ਲੀਕ ਨੇ ਹਮੇਸ਼ਾ ਟਿਕੇ ਨਹੀਂ ਰਹਿਣ। ਇਹ ਤਾਂ ਧਰਤੀ ਦੀ ਲੀਕ ਏ, ਪਰ ਬੰਦਾ ਤਾਂ ਪਾਣੀ ਦੀ ਲੀਕ ਏ, ਪਾਣੀ ਉੱਤੇ ਲਕੀਰ ਕਦੀ ਟਿਕਦੀ ਨਹੀਂ। ਖੈਰ ਮੈਂ ਅਰਜ ਕਰ ਰਿਹਾ, ਭਾਈ ਗੁਰਦਾਸ ਸਿੰਘ ਨੇ ਰੁੱਖ ਦੀ ਛਾਂ ਤੇ ਬਿਲਕੁਲ ਭਰੋਸਾ ਨਾ ਕਰੀ, ਸੁਪਨੇ ਤੇ ਯਕੀਨ ਨਾ ਕਰੀ, ਆ ਗੰਧਰਵ ਨਗਰਾ ਨਗਰੀ ਤੇ ਭਰੋਸਾ ਨਾ ਕਰੀ, ਤੇ ਥਲ ਵਿਚ ਤਪਦੀ ਹੋਈ ਰੇਤ ਨੂੰ ਪਾਣੀ ਸਮਝ ਕੇ ਨਾ ਚੱਲ ਪਈ, ਕਿਉਂਕਿ ਤਪਦੀ ਹੋਈ ਰੇਤ ਮੌਤ ਦੇ ਮੂੰਹ ਵਿਚ ਪਾਉਂਦੀ ਏ, ਅੰਦਰ ਦੀ ਪਿਆਸ ਬੁਝਾਉਂਦੀ ਨਹੀਂ। ਦੁਨੀਆਂ ਦਾ ਮੋਹ ਅੰਦਰ ਦੀ ਨਾਮ ਦੀ ਪਿਆਸ ਨਹੀਂ ਬੁਝਾ ਸਕਦਾ। ਤੇ ਭਾਈ ਸਾਹਿਬ ਨੇ ਜਿਹੜੀ ਅੰਤਲੀ ਉਦਾਹਰਨ ਦਿੱਤੀ, ਕਮਾਲ ਕਰ ਦਿੱਤੀ। ਕਹਿਣ ਲੱਗੇ ਕਦੀ ਬਾਦਾਰੀ ਵਾਲੇ ਨੂੰ ਤੱਕੋ, ਅਸੀਂ ਪਿੰਡਾਂ ਵਿਚ ਦੇਖਦੇ ਹਾਂ ਮਦਾਰੀ ਵਾਲਾ ਆਉਂਦਾ, ਡਮਰੂ ਵਜਾਉਂਦਾ, ਸਾਰਾ ਪਿੰਡ ਇਕੱਠਾ ਹੁੰਦਾ, ਚੌਂਕ ਵਿਚ ਲੋਕ ਇਕੱਠੇ ਹੁੰਦੇ ਨੇ, ਤੇ ਉਹ ਇਹੋ ਜਿਹਾ ਇਲਮ ਨਾਲ ਖੇਡ ਖੇਡਦਾ ਮਦਾਰੀ ਵਾਲਾ, ਬੜੇ ਸੋਹਣੇ ਕੱਪੜੇ ਲੋਕਾਂ ਨੂੰ ਦਿਖਾਉਂਦਾ, ਕੀਮਤੀ ਲਿਸ਼ਕ ਨੇ ਬਰਤਨ ਦਿਖਾਉਂਦਾ, ਇੱਥੋਂ ਤੱਕ ਕਿ ਉਹ ਰੁਪਈਏ ਵੀ ਕੱਢ ਕੇ ਦਿਖਾਉਂਦਾ। ਤੇ ਭਾਈ ਗੁਰਦਾਸ ਕਹਿੰਦੇ ਨੇ ਮੈਨੂੰ ਬੜੀ ਹੈਰਾਨਗੀ ਹੋਈ, ਇਹ ਮਦਾਰੀ ਵਾਲੇ ਤੂੰ ਕੀਮਤੀ ਵਸਤਰ ਵੀ ਪੈਦਾ ਕਰ ਦਿੱਤੇ, ਤੂੰ ਬਰਤਨ ਵੀ ਪੈਦਾ ਕੀਤੇ, ਤੂੰ ਰੁਪਈਏ ਵੀ ਪੈਦਾ ਕੀਤੇ, ਪਰ ਜਦੋਂ ਖੇਡ ਖਤਮ ਹੋਣ ਤੇ ਆਈ ਤੇ ਮਦਾਰੀ ਵਾਲਾ ਕਹਿੰਦਾ ਉਹ ਖੇਡ ਦੇਖਣ ਵਾਲੇ ਮੈਂ ਇੰਨਾ ਕੋਈ ਤੁਹਾਨੂੰ ਦਿਖਾਇਆ, ਮੇਰੀ ਝੋਲੀ ਵਿਚ ਜਾਣ ਲੱਗਿਆ ਇੱਕ ਇੱਕ ਟਕਾ ਜ਼ਰੂਰ ਪਾ ਕੇ ਜਾਇਆ। ਹੱਦ ਹੋ ਗਈ, ਇੱਕ ਸਵਾਲ ਪੈਦਾ ਹੁੰਦਾ, ਐ ਬਾਜ਼ੀਗਰ, ਐ ਖੇਲ ਕਰਨ ਵਾਲੇ, ਤੂੰ ਲੋਕਾਂ ਸਾਹਮਣੇ ਕੀਮਤੀ ਵਸਤਰ ਪੈਦਾ ਕਰਨੇ, ਬਰਤਨ ਪੈਦਾ ਕਰਨੇ, ਪਰ ਕੀ ਕਾਰਨ ਖੇਡ ਮੁੱਕਣ ਤੋਂ ਬਾਅਦ ਝੋਲੀ ਅੱਡ ਕੇ ਲੋਕਾਂ ਤੋਂ ਟਕਾ ਟਕਾ ਮੰਗਣਾ ਪਿਆ? ਤੇ ਭਾਈ ਗੁਰਦਾਸ ਕਹਿੰਦੇ ਨੇ ਖੇਡ ਕਰਨ ਵਾਲੇ ਦਾ ਉੱਤਰ ਹੁੰਦਾ, ਸਿਰਫ ਇੱਕ ਅੱਖਾਂ ਨੂੰ ਭੁਲੇਖਾ ਪਾਇਆ, ਅਸਲੀਅਤ ਇਹ ਨਹੀਂ ਜੇ, ਕੇਵਲ ਤੁਹਾਡੇ ਨੇਤਰਾਂ ਨੂੰ ਭੁਲੇਖਾ, ਇਲਮ ਦੀ ਖੇਡ ਏ, ਪਰ ਚੇਤੇ ਰੱਖਿਓ ਅਸਲੀਅਤ ਨਹੀਂ, ਇਨ੍ਹਾਂ ਘੜੀ ਤੋਂ ਬਾਅਦ ਅਲੋਪ ਹੋ ਜਾਣ। ਭਾਈ ਗੁਰਦਾਸ ਕਹਿਣ ਲੱਗੇ ਸੱਜਣਾ ਦੁਨੀਆਂ ਦਾ ਮੋਹ ਇੱਕ ਬਾਜ਼ੀਗਰ ਦੀ ਖੇਡ ਹੀ, ਅੱਖਾਂ ਨਾਲ ਪ੍ਰਤੀਤ ਹੁੰਦਾ ਆਪਣੇ, ਪਰ ਅਸਲ ਵਿਚ ਜਦੋਂ ਖੇਲ ਖਤਮ ਹੁੰਦਾ ਤੇ ਰਹਿੰਦਾ ਕੁਝ ਵੀ ਨਹੀਂ। ਭਾਈ ਸਾਹਿਬ ਨੇ ਬੜੀ ਸੋਹਣੀ ਉਦਾਹਰਨ ਦਿੱਤੀ, ਕਹਿਣ ਲੱਗੇ ਹਰ ਚੰਦੌਰੀ ਦੇਖ ਕੇ ਕਰਦੇ ਪਰਵਾਸਾ, ਥਲ ਵਿਚ ਤਪਣ ਭੱਠੀਆਂ ਕਿਉਂ ਲੈ ਪਿਆਸਾ, ਹਰ ਚੰਦੌਰੀ ਦੇਖ ਕੇ ਹਰੀਚੰਦ ਦੀ ਨਗਰੀ ਤੇ ਯਕੀਨ ਨਾ ਕਰੀ। ਕਹਿਣ ਲੱਗੇ ਥਲ ਵਿਚ ਤਪਣ ਭੱਠੀਆਂ, ਰੇਤ ਦੱਤਦੀ ਏ, ਥਲ ਵਿਚ ਤਪਣ ਭੱਠੀਆਂ ਕਿਉਂ ਲੈ ਪਿਆਸਾ, ਸੋਹਣਾ ਰਾਜ ਕਮਾਈਏ ਕਰ ਭੋਗ ਬਿਲਾਸਾ, ਛਾਇਆ ਬਿਰਖ ਨਾ ਰਹਿ ਫਿਰ ਪੂਜਾ ਕਿਉਂ ਆਸਾ, ਬਾਜ਼ੀਗਰ ਦੀ ਖੇਡ ਜੋ ਸਭ ਕੂੜ ਤਮਾਸ਼ਾ, ਇਹ ਤਾਂ ਭਲਿਆ ਇੱਕ ਬਾਜ਼ੀਗਰ ਦੀ ਖੇਡ, ਇਹਦੇ ਵਿਚ ਤ੍ਰਿਪਤੀ ਨਹੀਂ। ਮੇਰੇ ਸਾਹਿਬ ਸ੍ਰੀ ਗੁਰੂ ਪੰਚਮ ਪਿਤਾ ਜੀ ਨੇ ਅੱਜ ਬਚਨ ਵੀ ਇਹ ਕੀਤਾ, ਕਹਿਣ ਲੱਗੇ ਮ੍ਰਿਗ ਤ੍ਰਿਸ਼ਨਾ, ਦੇਖ ਇਹ ਮੋਹ ਕੀ ਏ, ਇੱਕ ਮ੍ਰਿਗ ਦੀ ਪਿਆਸ। ਤੇ ਮੈਂ ਇੱਕ ਦਿਨ ਇੱਥੇ ਅਰਜ ਵੀ ਕੀਤੀ ਸੀ, ਲੋਕੀ ਨਾ ਮ੍ਰਿਗ ਦੇ ਨੈਣਾਂ ਦੀ ਬੜੀ ਗੱਲ ਕਰਦੇ ਨੇ, ਜਿਹਦੇ ਨੈਣ ਸੋਹਣੇ ਹੋਣ, ਕਹਿਣ ਲੱਗੇ ਇਹਦੀਆਂ ਅੱਖਾਂ ਹਰਨ ਵਰਗੀਆਂ ਨੇ, ਇਹ ਮ੍ਰਿਗ ਨੈਣੀ ਏ। ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਨਹੀਂ, ਉਹਦੇ ਨੈਣਾਂ ਨੂੰ ਤੂੰ ਸਲਾਨਾ ਤੇ ਬੜਾ, ਪਰ ਜਿੰਨੇ ਉਹਦੇ ਨੈਣ ਧੋਖੇਬਾਜ ਨੇ, ਇੰਨਾ ਧੋਖੇਬਾਜ ਕੋਈ ਹੈ ਹੀ ਨਹੀਂ। ਅੱਖਾਂ ਬੜੀਆਂ ਸੋਹਣੀਆਂ ਨੇ, ਨੇਤਰ ਬੜੇ ਚੰਗੇ ਨੇ, ਪਰ ਜਿੰਨਾ ਭੁਲੇਖਾ ਉਹਦੇ ਨੈਣ ਖਾਂਦੇ ਨੇ, ਉਹਨਾਂ ਕਿਸੇ ਦੇ ਨਹੀਂ। ਅੱਖਾਂ ਮੋਟੀਆਂ ਤੇ ਚਮਕਦੀਆਂ ਨੂੰ ਕੀ ਕਰਾਂਗੇ, ਜੇ ਚਮਕਦੀ ਰੇਤ ਨੂੰ ਪਾਣੀ ਸਮਝ ਕੇ ਮੌਤ ਦੇ ਮੂੰਹ ਵਿਚ ਮਿਰਗ ਨੂੰ ਲੈ ਜਾਂਦੀਆਂ। ਸਤਿਗੁਰੂ ਨੇ ਬਾਣੀ ਵਿਚ ਕਿਹਾ, ਕਹਿਣ ਲੱਗੇ ਹੁਣ ਮੁੰਡੇ ਹਰਨਾਖੀਏ, ਗੂੜਾ ਵੈਨ ਅਪਾਰ, ਪਹਿਲਾਂ ਵਸਤ ਸੁਝਾਣ ਕਹਿ ਤਾਂ ਕੀਚੈ ਵਪਾਰ, ਮ੍ਰਿਗ ਤ੍ਰਿਸ਼ਨਾ, ਪਹਿਲਾਂ ਦੇਖ ਲਈ ਜਿਹੜੀ ਚਮਕ ਲੱਗਦੀ ਏ, ਪਾਣੀ ਪ੍ਰਤੀਤ ਹੁੰਦਾ ਪਰ ਪਾਣੀ ਹੈ ਨਹੀਂ। ਮ੍ਰਿਗ ਤ੍ਰਿਸ਼ਨਾ ਗੰਧਰਵ ਨਗਰੰਗ, ਹਰੀਚੰਦ ਦੀ ਨਗਰੀ ਜਿਹੜੀ ਖਿਆਲੀ ਨਗਰੀ ਏ, ਜਿਹੜੀ ਅੱਖਾਂ ਨੂੰ ਸਿਰਫ ਭੁਲੇਖਾ ਪਾਉਂਦੀ ਏ। ਸਾਹਿਬ ਕਹਿੰਦੇ ਨੇ ਦਰੁਮ ਛਾਇਆ, ਦਰੁਮ ਦਾ ਅਰਥ ਏ ਰੁੱਖ, ਛਾਇਆ ਦਰ ਤੇ ਛਾਂ, ਮ੍ਰਿਗ ਦੀ ਤ੍ਰਿਸ਼ਨਾ। ਦੂਸਰਾ ਬਚਨ ਕਿਹਾ ਗੰਧਰਵ ਨਗਰੀ, ਤੀਜਾ ਬਚਨ ਕਿਹਾ ਰੁੱਖ ਦੀ ਛਾਂ। ਰਚ ਦੁਰਮਤ ਹੈ, ਰਚ ਦਾ ਅਰਥ ਹੁੰਦਾ ਖਚਤ ਹੋ ਜਾਣਾ, ਦੁਰਮਤ ਹੈ ਦਾ ਅਰਥ ਹੁੰਦਾ ਭੈੜੀ ਮਤ ਵਾਲਾ ਮਨੁੱਖ, ਇਹਦੇ ਵਿਚ ਖਚਤ ਹੋ ਗਿਆ, ਪਰ ਅਸਲੀਅਤ ਇਹ ਹੈ ਨਹੀਂ। ਸਾਧ ਸੰਗਤ, ਹਜ਼ੂਰ
बड़े प्यारे बचन करते ने कहते ने जिवे ए तिने भुलेखा पाते ने ना इस तरह ततह कुटंब मोह मिथ्या ततह दर से तिस तरह या इस तरह जिवे मृग तृष्णा गंधर्व नगरी ते ध्रुम छाया इस तरह कुटंब मोह मिथ्या कुटंब दर से परिवार जेड़ा परिवार का मोह वे ए भी बिलकुल मिथ ए सदा निभण वाला नहीं। सतगुरु ने बचन बड़े प्यारे किते गुरु ग्रंथ साहिब जी का अंक 700 ते शब्द हुंदा है कोई जाने कवन इया जग मीत असी समझने सारे मेरे ने साहिब कहिंदे ने गंधर्वा नगरी ए मृग तृष्णा ए रुखा दी छां साहिब कहिंदे ने कोई जाने कवन इया जग मीत जिस होए कृपाल सोई विदबूजै ताकि निर्मल रीत मात पिता बनता सुत बंधप ए परिवार का मोही है ना मात पिता बनता सुत बंधप इष्ट मीत अर भाई पूर्व जन्म के मिले संजोगी अंत है को न सहाई ठीक है पूर्वले संबंध सन आपा मिल बैठे पर सदा नाल नहीं बनवाले ते ने गुरु नानक साहब पिता जी ता ही कहिंदे ने कहन लगे जन पितर पदर दी राद रा कस नेक दस संगीर जन दा अर्थ है स्त्री पितर दा अर्थ है पुत्र पदर दा अर्थ है बापू पिता बिरादरा बिरादरा दा अर्थ है भरा जन पितर पदर दी राद रा कस नेक दस संगीर कस नेक दस संगीर दा अर्थ है इन्हां विचों कोई भी साडी बांह पकड़न वाला नहीं। साहब कहन लगे ततक कुटंब मोह मिथ्या परिवार दा जेड़ा मोह है मिथ्या है वैसे ना परमेश्वर दी रचना एहो जी कमाल दी है मोह भी इन्हें पैदा किया है जे मोह ना हुंदा ते संसार दी रचना भी नहीं सी चलनी। आ गुरु अमरदास साईं कहिंदे ने ए मन चंचला चतुराई किना ना पाया चतुराई ना पाया किने तू सुन मन मेरिया ए माया मोहनी जिन एत भरम भुलाया अगे कहिंदे ने कुर्बान कीता तिसै वितो जिन मोह मिठा लाया कहिंदे ने ओदे तुम्हें कुर्बान जावा जिन्हें मोह दी अंदर एक दात दे दित्ती जिदे करके एक दूजे नू आपा प्यार नाल मिलने खैर सतगुरु कहिंदे ने पर इस मोह नू तू परमेश्वर दे प्रेम लई तब्दील कर दे परिवार दा मोह निभदा नहीं। गुरदेव अगे बचन करदे ने कहन लगे ततै कुटंब मोह मिथ्या सिमरंत नानक राम राम नाम है। गुरु पंचम पिता कहिंदे ने परिवार नू ना चेते कर सिमरंत तू सिमर किनू उस परमेश्वर दे नाम नू राम दे नाम नू केड़ा राम सतगुरु कहिंदे ने जेड़ा हर एक अंदर रमिया होए है। बाणी विच राम शब्द दे अर्थ दो तरह नाल भी आए ने एक राम रामचंद्र जी भी ते एक राम शब्द दा अर्थ ओ जेड़ा सब विच रमे है। जदों असीं पढ़ने आ रोवै राम निकाला भया सीता लखमन बिछड़ गया उत्थे राम दर ते रामचंद्र जी पढ़ने आ राम गयो रामन गयो उत्थे रामचंद्र जी ते जदों हजूर दे बचन पढ़ने आ ना सबै कट राम बोलै रामा बोलै राम बिना को बोलै रे ओदा अर्थ है सर्ब व्यापक प्रभु। जदों असीं पढ़ने आ सतयुग तै माणियो छलियो बल बावन पायो त्रेता तै माणियो राम रघुवंश कायो उत्थे राम दर ते रामचंद्र जी इत्थे सब उस राम दी करदे ने गल जिदे बारे हजूर कहिंदे ने सब सुख दाता राम है सुखां दियां दातां देण वाला ओ राम जिहड़ा हर इक अंदर रमे। गुरदेव कहिंदे ने जिन्ना तू संसार दे परिवार दे मोह विच खचते इन्ना तू गोबिंद दे नाम नू सिमर ते इस नाम दी सिमरन विच बरकत की है। सतगुरु ने फिर अगे बचन कीता अगले श्लोक विच हजूर कहन लगे नच विद्या निदान निगमंग नच दर्थे नहीं है। साहब कहन लगे विद्या निदान निगमंग निगमंग दा अर्थ है वेद चार वेद निदान दा अर्थ खजाना एदा अर्थ बन गया नच विद्या निदान निगमंग जिस बंदे कोल वेदा शास्त्रां दे ज्ञान दा खजाना भी नहीं जेड़ा वेद नहीं पढ़ सकदा सिमरतियां नहीं पढ़ सकदा शास्त्र नहीं पढ़ सकदा नच गुणज्ञ गुणज्ञ दा अर्थ हुंदा ज्ञाता। साहब कहन लगे नाम कीर्तन है जिस बंदे नू कीर्तन दा भी ज्ञान नहीं जिन्नू नाम दे कीर्तन दा भी ज्ञान नहीं। अज सतगुरु ने कमाल दे बचन कहे जेड़े कहने सानू जी कुछ पता नहीं असि मूर्खा सानू ते समझ कोई नहीं मेरा बाबा कहिंदा बड़ा वड्डा ही रब दा दर आ तू गल तां कर सही
नच विद्या निदान निगमंग नच गुणग्या नाम कीर्तन भावे तेरे को कीर्तन की दात नहीं तेन वेदा का ज्ञान नहीं नच राग रतन कंठ तेन कोई राग नहीं आता राग रतन सतगुरु ने शब्द लिया कि राग नू रतन नाल तुलना दिती साध संगत आपां पिछले दिनों विच भी राग संबंधी बहुत कुछ सुने पर मैं इको अर्ज करांगा राग माड़ा नहीं चेते रखो राग राग तो एक सेज है हुण आ चादर विशी है इस चादर से बैठ के रब दियां गल्लां होणियां ने ते जे यही चादर विछा के बाहर रुपये दे उत्ते बह के लक्कर गीत गाए तो चादर का की दोष है दोष तो उहदा वे जिहनूं इहदी वरतों करन दी जाच ही नहीं राग तो एक सेज है मेरे बाबे ने बड़ी सोहनी गल कही सी मरदाने नूं कहण लगे भला रबाब बजाएगा जन्म साखी दे बचन ने बड़ी सोहनी रबाब बजाने ते कहण लगे मरदानिया तैनू राग दी सूझ है जे राग विच मिलाए के शब्द नूं गाने तेरा दीन दुनी दोई सही भला करा तेनू राग दी समझ राग माड़ा नहीं राग तां भांडा है भांडे विच कोई जहर पाला कोई अमृत पाला पर खैर जिहड़ी मैं अर्ज कर रहा अपने विषय ते आवां साहब कहिंदे ने किसे कोल वेदां दा ज्ञान नहीं किसे कोल कीर्तन दा ज्ञान नहीं किसे दे गले विच रस भी नहीं जे कोई कहे जी कीर्तन नाल रब मिलदा इहदे विच कोई शक नहीं कीर्तन तां परमेश्वर दी बड़ी वड्डी दात है असलियत इह जे जिहदे ते रब बहुत ज्यादा तरस पैंदा है ना उहनूं कीर्तन दी दात मेरा बाबा दे दिंदा है सतगुरु ने तां ही बाणी विच कहा कीर्तन निर्मोलक होईरा बड़ा कीमती है कीर्तन दी दात पर खैर साहब कहिंदे जिहदे कोल इह भी नहीं नच राग रतन कंठ जिहदा गला सुरीला नहीं जिहदे कोल राग नहीं नए चंचल ना तो वह चंचल ओहदी मत बड़ी तेज है चतुर चतुर दा अर्थ सियाणा चातुरह चातरा दा अर्थ दा होशियार ना वह चंचल है ना वह सियाणा है ना वह समझ वाला है सूझवान भी नहीं ते सतगुरु कहिंदे ने इथो तक के भाग उद्दम लभदे गमाया कई बारी चंगे भाग होण तां बंदे कोल कुछ भी ना ना होवे ना राग होवे ना विद्या होवे ना उस बंदे दे कोल गला सुरीला होवे ना सियाणा होवे ते चार रुपये होण तां लोकी सब कुछ उहनूं बना दिंदे उहदे वर्गा सियाणा भी कोई नहीं उहदे वर्गा असीं इक वारी बचन सुनने पढ़ने आ कहावत जिहदे घर दाणे उहदे कमले भी सियाणे सतगुरु ने बाणी विच क्या कहण लगे आत सैल नीच घर होए दखणी ओंकार कहन लगे जे नीच बंदे दे घर भी आ गई ना आत देख निवै जिस दोए आत होए ता मुगत सियाणा जे रुपये ने ता मूर्ख भी सियाणा सतगुरु कहिंदे ने रुपया भी एक दुनिया दे विच प्रभुता दा कारण है रुपया मूर्ख कोल होवे लोक उहनू भी सियाणा बना दिंदे साहिब कहिंदे ने मन लिया जाए जिहदे कोल रुपया भी नहीं दौलत भी नहीं सतगुरु कहिंदे ने नच विद्या निदान निगम नच गुणग्या नाम कीर्तन है नच राग रतन कंठ न चंचल चतुर चातर है भाग उदम लभदे माया जिदे कुल मान लो चंगे भागा नाल माया भी ना होवे पर एदा अर्थ जोगिंदर सिंह जी तलवाड़ा होरां ने कीता भाई साहब होरां ने कहन लगे जिदे भाग चंगे होण उन्हां माया दा अर्थ कीता दैवी संपदा उहनू परमेश्वर दी दात मिल जांदी है प्रोफेसर साहिब सिंह अर्थ करदे ने प्रकरण अनुसार कि जिदे कोल माया भी ना होवे पर एक गल चेते रखे नानक साध संग खल पंडित है कुछ भी नहीं तू गुरु की संगत विच आ जाई ते देखी मेरे दाते दी संगत मूर्खां नूं भी महान विद्वान बना देंदी दाते दी कृपा है जिदे कोल कुछ भी नहीं उह संगत विच बैठ के नाम जपना शुरू करदा मेरे साहिब कहिंदे ने पिंगल पर्वत पार परे खल चतुर बकीता पिंगला बंदा जिहदे कोल लत्तां नहीं ओ पहाड़ ते चढ़ सकदा है खल चतुर बकीता जिहड़ा मूर्ख बंदा ओ चार वेदां दा ज्ञाता बन सकदा है सियाणा बन सकदा है अंधमे तर भवन सूझिया अन्ने बंदे नूं तिन्ना भवनां दी सूझी हो जांदी है गुर भेत पुनीता पर जदों कोई गुरु की संगत विच गुरु नूं आ मिलदा कुछ भी नहीं तू संगत विच आ के नाम तां जप हजूर ने बड़े प्यारे बचन कहे कहन लगे सुन अंधा कैसे मार्ग पावै कर गए लो ओढ़ निभावै कां बुझारत बूझै डोरा निष्कैया तो समझै भोरा ए सारियां गल्लां कहियां तेरे पल्ले कुछ भी नहीं पर संगत भी जुड़ के नाम जपी नाम विच बड़ियां बरकतां सुन अंधा कैसे मार्ग पावै एक बंदा अन्ना सुना के किन्ना कोना रस्ता दस देवोगी
ਪਰ ਕਹਿੰਦੇ ਨੇ ਅੰਨੇ ਬੰਦੇ ਨੂੰ ਜੇ ਪਾਰ ਕਰਨੇ ਵਾਹਿਗੁਰੂ ਕਰ ਗਏ ਲੇਹੋ ਓਹ ਨਿਭਾਵੇ। ਅਸੀਂ ਅੰਨੇ ਆ, ਦਾਤਾ ਸੁਣਨ ਨਾਲ ਨਹੀਂ, ਸਾਡੇ ਤਾਂ ਹੱਥ ਪਕੜ ਕੇ ਸਾਨੂੰ ਪਿੱਛੇ ਤੋਰੇ ਤਾਂ ਅਸੀਂ ਤੁਰ ਸਕਦੇ। ਹੁਣ ਅੰਧਾ ਕੈਸੇ ਮਾਰਗ ਪਾਵੇ, ਕਰ ਗਏ ਲਿਓ ਓਹ ਨਿਭਾਵੇ, ਕਾਂ ਬੁਜਾਰਤ ਬੂਝੇ ਡੋਰਾ, ਡੋਰਾ ਦਰ ਤੇ ਬੋਲਾ। ਹੁਣ ਬੋਲੇ ਨੂੰ ਸਮਝ ਕੀ ਪੈਣੀ ਏ, ਨਿਸ ਕਹੀਏ ਤੋ ਸਮਝੇ ਭੋਰਾ, ਜੇ ਕਹੀਏ ਰਾਤ ਇਸ਼ਾਰੇ ਨਾਲ ਉਹ ਕਹੇਗਾ ਦਿਨ। ਸਾਹਿਬ ਕਹਿੰਦੇ ਨੇ ਨਹੀਂ, ਕਾਂ ਬਿਸ਼ਨਪਦ ਗਾਵੇ ਗੁੰਗ, ਬਿਸ਼ਨਪਦਾ ਗੁੰਗਾ ਕਿਵੇਂ ਗਾ ਸਕਦਾ, ਜਤਨ ਕਰੇ ਤੋ ਪੀ ਸੁਰ ਭੰਗ, ਕਹਿ ਪਿੰਗਲ ਪਰਬਤ ਪਰ ਭਵਨ, ਨਹੀਂ ਹੋ ਤੂਆ ਉਸ ਗਵਨ। ਜੇ ਕੁਝ ਵੀ ਨਹੀਂ, ਬੰਦਾ ਅੰਨਾ, ਬੰਦਾ ਪਿੰਗਲਾ, ਬੰਦਾ ਲੂਲਾ, ਬੰਦਾ ਅਗਿਆਨੀ ਏ, ਪਰ ਗੁਰੂ ਕੀ ਸੰਗਤ ਵਿਚ ਆ ਕੇ ਕਹਿ ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੇ, ਨਾਨਕ ਤੁਮਰੀ ਕਿਰਪਾ ਕਰੇ। ਜੇ ਤੇਰੀ ਕਿਰਪਾ ਹੋ ਜਾਏ ਦਾਤਿਆ, ਇਹੋ ਜਿਹੇ ਬੰਦੇ ਵੀ ਤਰਸ ਸਕਦੇ ਨੇ ਹਜ਼ੂਰ ਨੇ। ਤਾਂ ਹੀ ਦਸਮ ਵਿਚ ਕਿਹਾ, ਕਹਿਣ ਲੱਗੇ ਮੂਕ ਉਚਰੈ ਸ਼ਾਸਤਰ ਖੱਟ, ਗਿੰਗ ਪਿਰਨ ਗਿੰਗ ਪਿੰਗ ਗਿਰਨ ਚੜ ਜਾਏ, ਅੰਧ ਲਖੈ ਬਦਰੋ ਸੁਣੈ, ਜੋ ਕਾਲ ਕਿਰਪਾ ਕਰਾਏ। ਜੇ ਤੇਰੀ ਕਿਰਪਾ ਹੋ ਜਾਏ ਤੇ ਦਾਤਿਆ ਸਾਰੀਆਂ ਦਾਤਾਂ ਮਿਲ ਜਾਂਦੀਆਂ। ਨਾਮ ਹੋਵੇ ਤੇ ਗੁੰਗਾ ਵੀ ਪ੍ਰਵਾਨ ਏ, ਨਾਮ ਹੋਵੇ ਬੋਲਾ ਵੀ ਮੁਕਤੇ, ਨਾਮ ਹੋਵੇ ਤਾਂ ਅਨਪੜ ਵੀ ਤਰ ਜਾਂਦਾ, ਤੇ ਜੇ ਨਾਮ ਨਹੀਂ ਤਾਂ ਪੜਿਆ ਹੋਇਆ ਵੀ ਅਨਪੜ ਏ, ਨਾਮ ਨਹੀਂ ਤਾਂ ਅੱਖਾਂ ਵਾਲਾ ਵੀ ਅੰਨੇ, ਜੇ ਨਾਮ ਨਹੀਂ ਤਾਂ ਸੁਣਨ ਵਾਲਾ ਵੀ ਬੋਲਾ। ਸਤਿਗੁਰੂ ਕਹਿੰਦੇ ਨੇ ਉਹਦੇ ਪੱਲੇ ਕੁਝ ਹੈ ਹੀ। ਮੈਂ ਅਰਜ਼ ਕੀਤੀ ਸੀ ਦਾਨ ਮੰਗਣੇ ਆ ਨਾ, ਮੈਂ ਕਿਹਾ ਸੀ ਭਰੋਸਾ ਦਾਨ, ਵਿਸ਼ਵਾਸ ਦਾਨ, ਭਰੋਸਾ ਦਾਨ। ਅਗਲੀ ਗੱਲ ਬੜੀ ਰਮਜ ਭਰੀ ਏ, ਕਹਿਣ ਲੱਗੇ ਦਾਨ ਸਾਰੇ ਚੰਗੇ ਨੇ, ਸਿੱਖੀ ਦਾਨ ਰਹਿ ਦਰ ਸਾਰੇ ਚੰਗੇ ਨੇ, ਪਰ ਦਾਨਾ ਸਿਰ ਦਾਨ ਨਾਮ ਦਾਨ, ਜੇ ਨਾਮ ਨਹੀਂ ਤੇ ਉੱਪਰ ਵਾਲੇ ਦਾਨ ਨੇ ਤੋਂ ਚਲੇ ਜਾਣਗੇ। ਨਾਮ ਹੈ ਤਾਂ ਸਿੱਖੀਏ, ਨਾਮ ਹੈ ਤਾਂ ਰਹਿ ਤੇ, ਨਾਮ ਹੈ ਤਾਂ ਬਦੇ ਕੇ, ਨਾਮ ਹੈ ਤਾਂ ਯਕੀਨ ਤੇ ਭਰੋਸਾ। ਜੇ ਨਾਮ ਨਹੀਂ ਤੇ ਸਾਹਿਬ ਕਹਿੰਦੇ ਨੇ ਅਤ ਸੁੰਦਰ ਕੁਲੀਨ ਚਤਰ ਮੁੱਖ ਗਿਆਨੀ ਧਨਵੰਤ, ਸੋਹਣਾ ਵੀ ਅਤ ਦਾ, ਕੁੱਲ ਵੀ ਬੜੀ ਚੰਗੀ ਏ, ਗਿਆਨ ਦੀਆਂ ਗੱਲਾਂ ਵੀ ਬੜੀਆਂ ਜਾਣਦਾ, ਪਰ ਬਾਬਾ ਜੀ ਪਰ ਨਾਮ ਨਹੀਂ ਜਪਦਾ। ਕਹਿਣ ਲੱਗੇ ਜੇ ਨਾਮ ਨਹੀਂ ਜਪਦਾ, ਮ੍ਰਿਤਕ ਕਹੀਏ ਨਾਨਕਾ, ਜੇ ਪ੍ਰੀਤ ਨਹੀਂ ਭਗਵੰਤ। ਸਤਿਗੁਰੂ ਅੱਖਾਂ ਹੈਣ ਬੜੀਆਂ ਸੋਹਣੀਆਂ, ਸਾਹਿਬ ਕਹਿੰਦੇ ਨੇ ਨਹੀਂ, ਅੱਖਾਂ ਕਾਦੀਆਂ ਨੇ ਭਲਿਆ, ਅੰਧੇ ਉਹ ਨਾ ਆਖੀਆਂ, ਅੰਧੇ ਇਹ ਨਾ ਆਖੀਆਂ, ਜਿਨਮੁਖ ਲੋਇਣ ਨਾਏ, ਅੰਧੇ ਸਹੀ ਨਾਨਕਾ ਜੇ ਖਸਮੋ ਪੁੱਛੇ ਜਾਣ। ਜੇ ਸਭ ਕੁਛ ਹੈ ਅੰਗ ਕੈਮ ਨੇ, ਵਿਦਿਆ ਹੈ ਤਾਂ ਨਾਮ ਨਹੀਂ। ਸਤਿਗੁਰੂ ਕਹਿੰਦੇ ਨੇ ਮੇਰੇ ਵਾਹਿਗੁਰੂ, ਜੇ ਤੁਸੀਂ ਕਿਰਪਾ ਕਰੋ, ਸੰਗਤ ਵਿਚ ਕੋਈ ਆ ਜਾਏ ਤੇ ਸੰਗਤ ਮੂਰਖ ਨੂੰ ਵੀ ਵਿਦਵਾਨ ਪੰਡਿਤ ਬਣਾ ਦਿੰਦੀ ਏ, ਕਿਉਂਕਿ ਜੋ ਪ੍ਰਾਣੀ ਗੋਬਿੰਦ ਧਿਆਵੇ, ਪੜਿਆ ਅਨਪੜਿਆ ਪਰਮ ਗਤ ਪਾਵੇ। ਗੁਰੂ ਗ੍ਰੰਥ ਸਾਹਿਬ ਕਿਰਪਾ ਕਰੋ, ਜੋ ਅਸੀਂ ਕਹਿੰਦੇ ਹਾਂ ਜੀਵਨ ਵਿਚ ਕਿਣਕਾ ਮਾਤਰ ਕਮਾਣ ਦੀ ਸੂਝ ਬਖਸ਼ ਦੇ ਦਾਤਿਆ, ਇੰਨੀਆਂ ਬੇਨਤੀਆਂ ਪ੍ਰਵਾਨ ਕਰਿਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
बेशुमार अथाह अगंत अतुल ज्यों बुलावो त्यों नानक दास बुलाए जीता जियो पिंड सब तेरा तू अंतर जामी पुरख भगवान दासम दास कह जन नानक जेहा तू करहे तेहा हौ करी बखियान सतनाम वाहे गुरु साहिब जियो कंठ रमणीय राम राम माला हस्त ऊच प्रेम तारणी जी पढ़िजो उत्तम श्लोक उद्रनंद नयन नंदनी कंठ रमणीय राम राम माला हस्त ऊच प्रेम तारणी जी पहिजो उत्तम श्लोक उद्रनंग नयन नंदनी गुरमंत्र गिणस्या जो प्राणी त्रघंत जन्म प्रश्न है कूकर है सूत्र है गर्द बह काक है सर्प है तुल खल है गुरमंत्र हिणस्य जो प्राणी त्रघंत जन्म प्रश्न है कूकर है सूकर है गर्द बह काक है सर्पन है तुल खल है वाहगुरु जी का खालसा वाहगुरु जी की फतेह। परम सम्मान योग सतगुरु साहिब श्री गुरु ग्रंथ साहिब महाराज जी की पावन पवित्र हजूरी अंदर सुभाए मान खोए बैठे गुरमुख प्यारे सतसंगी जन सतगुरां दी इलाही गुरबाणी दा आप जी ने कीर्तन सरवण कीता है। दो श्लोक पंचम गुरदेव जी दे उच्चारण कीते हुए आप जी ने गुरु बख्शिश नाल सरवण कीते ने। तन गुरु ग्रंथ साहिब महाराज जी दी कृपा और आप संगत दी आशीष नाल अकाल पुरख वाहगुरु मेहर करे एकाग्रता नाल अंदर दे टिकाओ नाल तय पावनी विच रख के इन्हां पावन पवित्र बचना दी विचार करा लै। सतगुरु गुरु पंचम पातशाह महाराज जी ने अज दे इन्हां दोनों श्लोकां दे अंदर वख वख विषय उपर सानू कृपा करके उपदेश दृढ़ कराया। पहले श्लोक विच तां गुरदेव पातशाह कह रहे ने
कि तू अपने गले दे विचो जदो प्रभु दे नाम नू सिमरेगा, तू अपने मुख दे विचो जदो जबान नाल नाम जपेगा, ते इस नाम नू निरंतर जाप नू तू माला क्यों नहीं बना लेंदा। ते दूसरी बात कि जदो तेरे हिरदे दे अंदर प्रेम भावना पैदा हो गई, ते ए हिरदे विच प्रेम ओ गुथली ओ थैली बन जाएगा जिदे विच लोक माला रख के हाथ नाल माला जप दे। महाराज कहिंदे जदो हिरदे विच प्रेम मुख विचो कंठ विचो प्रभु दे नाम नू जपेगा, ते इन्हां अखां नू जेड़ी माया हर एक नू छल के ले जांदी ए, इन्हां अखां नू छल रही है, ते इन्हां अखां नू फिर माया ए छल नहीं सके। सतगुरां ने पहले श्लोक विच माला दा जिक्र कीता, माला केड़ी धारण करनी है, ते अगले श्लोक भी जिहड़ा बचन कीता बाणी दा बचन है, गुरु अर्जन साहिब दे बचन ने, जिस मनुख नू गुरु ते विश्वास नहीं, गुरु दे मंत्र तो हीणा, गुरु नू धारण नहीं करदा, उस मनुख दी हालत की है, उस साकत पुरश बारे गुरुदेव जी ने चानना पाया। आपां दोनों श्लोकां दा आधार बना के पहला मैं अर्ज करनी चाहना वा, सतगुरु ने माला दा जिक्र कीता है, खास करके हिंदू मत दे अंदर एक ओ फिरका जेड़ा माला नू जपदा ते ए की करदे ने थैली दे विच माला पा के, जिनू गौमुखी भी कहा जांदा, जिदा मुख गऊ वर्गा है, अज दे श्लोक दी व्याख्या है, ते उस माला नू उस थैली विच पा के जमीन ते लगन नहीं देंदे, हथ विच पा के रखना, ते थैली नू इस छाती दे नेड़े रख के ओ अंदरे अंदर माला जपदे ने, ते जदो बाहर निकलदे ने लोग कहिंदे ने ए बड़ा परमात्मा है, ते गुरु पंचम पिता कहिंदे ने देखी मना किते धर्म दे कम करदिआं करदिआं प्रभु दा नाम जपदिआं जपदिआं लोकां दी वाहवा इन्नी कु हौमे ना पैदा करदा कि प्रभु दे नाम तो उखड़ के तू जन्म मरण दे ताणे विच तलिआ है। सतगुरु ने बाणी विच बड़े सोहणे प्रमाण दिते इस संबंध विच। हुण तीर्थ दा रतन करना एक पुरातन लोगां दा एक धर्म सी, बड़ा चंगा करम है, भावे खैर ए वखरा विशा बाणी ने तीर्थ किस नूं मन्ने है। मैं सिर्फ अर्ज करनी चाहना कई वारी धर्म दा करम भी हौमे बन के बंदे नूं डेग दिंदा। गुरु तेग बहादुर जी कहिंदे तीर्थ ते जाणा चंगा कम सी, तीर्थ ते बैठ के तप करना ए भी चंगा कम है, तीर्थ ते बैठ के दान पुन करना ए भी चंगा कर्म सी, पर जदो तू तीर्थ रतन करके दान पुन करके तू तप करके वापस आना है, तो एक गल बड़ी दावे नाल कहना, मैं इन्नी वारी तीर्थां दा इशनान कीता, साहिब कहिंदे तीर्थ इशनान दा फल तां की मिलना सी, अंदर खौमे दी मैल इन्नी कु पैदा हो गई, तेरी हालत तां उस हाथी वर्गी बन गई मनुख जिन्नू पानी निर्मल विच इशनान भी कराया, साबण मल मल के ओहदे पिंडे नूं धोता, पर बदकिस्मती जदो दरिया विचों बाहर निकलिया ते इस नके हुए इशनान कीते हुए हाथी ने सुंड ने जमीन तो मिट्टी चुक चुक के अपने पिंडे देते पाए। नाणा कोई माड़ा कर्म नहीं, अब जिक्र माला दा चल रहा है, नाणा माड़ा कर्म नहीं, तीर्थ से जाना सी कुछ तू नाम की गल सुन दो किते तू रब की बात कर दो, पर उल्टी होमे नू लै के बैठ गयो, नाता की ओहदे नालों यादी मैल जिहड़ी होमे दी उत्ते ला ली। साहिब कहिंदे तीर्थ वरत अर दान कर मन में भरै गुमान, मिटे तां शुभ कर्म ने ना। साहिब कहिंदे नानक निर्बल जात ते ज्यों पुंचर, इशनान इस तरह निर्बल चलेगा धर्म दे कर्म जिवें हाथी दा इशनान। धन गुरु ग्रंथ साहिब जी ने माला दा जिक्र कीता, सिखा तू माला पकड़, पर ध्यान रखी माला विखावा ना बन जाए, जदों माला विखावा बन गई उदो मेरे गुरुदेव किंग ने एहो जिहा कीता होया जप तां फिर परवाह नहीं। सतगुरु की बाणी पढ़ने आ ते कबीर साहब दा एक बचन आउंदा है, शुरुआत माला ने जपदे ने 108 मणकियां दी माला पकड़नी, इहदा मतलब है कई वारी मन नहीं ना टिकदा, मन भजदा, उस तरह मिथ लईए ने मैं 15-20 मिंट एकांत विच बहना ते फटाफट जिहड़ा मन घड़ी वल जाएगा, अखां घड़ी नूं तकण दीआं, किन्ना समा हो गया मैनूं बैठिया नूं, पर जदो ए मन लईए ना कि मैं 11 माला 6 माला गिनती, वैसे मैं अर्ज करा परवान नहीं,
पर तुरन वास्ते बंदे नूं कोई ना कोई साधन जरूर लभना पैना है। साहब कहिंदे उदों एक तरीका है, बंदा उन्ना समा टेक के बह जांदा है, मेरा यह नेम है, मैं इन्ना समा जाप करना है। पर याद रखना सब कुछ माला नहीं। बाबा फरीद साहब जी की आरंभता मां ने एक शक्कर की मुठ तो शुरू की, एक गल कहा सी पुत्र खुदा की इबादत कर। कहिंदे ने जदों बाबा फरीद जुड़ गए ने तो इन्ना कु नाम विच स्वाद आ गया, जिदी आरंभता एक शक्कर दे मिठे तो हुई, उस जबान ने पुकार के क्या दुनिया दे लोगो, असल विच शक्कर गुड़ मिश्री ते दुध अमृत वर्गे मिठे जे आरंभता मेरी भी इन्ना तो हुई है, एक शक्कर दे मिठे नु मुख रख के, पर अज नाम ने इन्ना कु स्वाद दे दिता है कि दुनिया की मिठास उहदे सामने फीकी पै गई। आरंभता हुई पर सारा जीवन शक्कर आधार नहीं। उन्होंने क्या कह लगे, शक्कर खंड निरात गुड़ माथ्यो मांझा दुध सबे वस्तु मिठिया। पर कह लगे शुरुआत जरूर सी, पर जिदे ने हुण जुड़ गया ना रब ना पुजन तुद, हुण परमेश्वर तक इन्हां दी पहुंच नहीं, उहदा नाम इस तो मिठा है। साध संगत कबीर साहब दे बचन पढ़ रहे हैं। कबीर साहब की माणी बाणी विच माला का जिक्र बड़ी बड़ी आया, श्लोकां विच भी आया, उन्हां दे शब्दां विच भी आया। उन्हां दा एक बचन हुंदा राग बिलावल अंदर, इहदा मतलब माला दा जिक्र धर्म नूं संबंधित ते नाम नूं संबंधित। बिलावल राग विच जतन बचन हुंदा कि क्या उन्हां ने मां दे राही पर शब्द उन्हां दा, जतन हुंदा शब्द हुंदा हमरे कुल कौने राम कहो। मां ना अपनियां दराणियां जठाणियां नूं बुलांदी, ध्यान रखना शब्द केवल उन्हां दे परिवार नाल संबंधित, पर गल करदे पैने जदों धर्म वल तुरीए ते किन्ना कु घर विचों भी विरोध हो सकदा। ये शब्द हुंदा सुनो जरानी सुनो जठानी, अचरज एक भयो सात सूत इन मुंडिये खोए, ए मुंडिया क्यों ना मोए। कह लगी ए मेरी दराणी जठानी, ए पुत्र ता सूतर दा काम ही छड्डी बैठा, सारिआं नूं मौत आई कि कबीर कदी मरेगा नहीं। हुण जदों इह शब्द पढ़ने इहदा मतलब कई कहणगे लो जी भगत जी तां फिर किरती नहीं सन करदे। नहीं, भगत किरत करदा सी, पर हुण जिस जबान विच अगे बातां सन मैं इन्ना कमा लवां इन्ना जोर लवां, हुण उस मुख दे विच घर बैठिया आवाज आउंदी है मां तूं कहिंदी है मैं इन्ना कम करां कि रुपये रुपया इकट्ठा हो जाए। असलियत पुछ, मेरे शरीर ते राम नाम लिखिया गया, तू नाम छड्डन दी गल करनी है छड्ड दे। असल विच जदों मैं नलकी विच धागा पाउण लग्या साह खिच्चना वा ते अद्धा साह मैनूं राम भुल गया तां मेरी मौत हो जांदी है, मैं राम दे नाम नूं छड्ड के वेदे। उहनां दा बचन हुंदा इक पासे मां कहिंदी पई है हमरे कुल कौने राम कहो, जबकि माला लई न पूते तब ते सुख न पयो। जिदन दी इहने माला पकड़ी उदन दा सुख नहीं। इहदा मतलब यह नहीं कबीर जी ने किरत छड्ड दित्ती। उन्हां दा बचन हुंदा मुस मुस रोवे कबीर की माई, ते बारक कैसे जीवे रघुराई। कह लगे तनना गुलना सब तजो है कबीर, हर का नाम लिख लियो शरीर। इहदा मतलब यह नहीं सी कबीर ने शाही नाल अपने शरीर ते पिंडे ते राम नाम लिख लिया। अगली गल बड़े कमाल दी उन्होंने कही, कहन लगे मां कहिंदी इहने तनना गुलना छड्ड दित्ता है, ते जे सवाल पैदा हुंदा तनना गुलना छड्ड दित्ता है ते कबीर जी कहिंदे मां जब लग तागा बाहो बेही। इहदा मतलब किरत करदा ते कह रहा तागा बाहो बेही, ते जिन्हें तनना बुलना छड्ड दित्ता होवे उहनूं नकली नलकी विच साह मार के धागा कढ़ाउण दी की लोड़। असल विच उहने तनना बुलना त्यागिया नहीं, उह किरत लालच वाली बिरती त्याग दित्ती, संतोख नूं धारण कीता। कबीर साहब कह रहे ने मां जब लग तागा बाहो बेही तब लग बिसरै राम सुनेही। मेरे तो ओना समा भी ओदा विछोड़ा सहया नहीं हो जांदा। हुण एक पासे मां भी कहिंदी है माला, ते दूसरी कबर उन्हां दा शब्द हुंदा किन्ने सोरठ भूखे भगत न कीजै ये माला अपनी लीजै। ते नाल कहिंदे ने एक कई वारी जदों शब्द पढ़ने हैं ना ते मनुख कहणगे की कबीर दुनिया दीआं लोड़ां पूरियां करन लई रब दी भगती करदा। नहीं, रब दी भगती करन वाले दी रोजी स्वतंत्र होनी चाहीदी है। चेते रखना परमेश्वर दी भगती करन वाला चाहुंदा दातवा, गल भावें एक दाल ते बुलके दीए, जे अपनी इबादत करानी चाहुंदा ते मैं एक मुठ आटे दी वास्ते भी किसे अगे चुकन लई तैयार। सब कुछ तेरे ते लड़ा तेरे ते यकीन है। क
ਕਹਿਣ ਲੱਗੇ ਭੁੱਖੇ ਭਗਤ ਨਾ ਕੀਜੈ ਜੇ ਮਾਲਾ ਆਪਣੀ ਲੀਜੈ। ਅੱਗੇ ਭਗਤ ਅਸਲ ਵਿਚ ਧਿਆਨ ਰੱਖਣਾ ਭੁੱਖੇ ਨੀ ਦੁਨੀਆਂ ਦੀ ਇਸ ਦੌਲਤ ਦੇ। ਕਹਿਣ ਲੱਗੇ ਹੋ ਮਾਂਗੂ ਸੰਤਨ ਰਹਿਣਾ ਮੈਂ ਨਾ ਹੀ ਕਿਸੇ ਕਾ ਦੇਣਾ। ਅਖੀਰ ਵੀ ਜਦੋਂ ਸਭ ਕੁਝ ਮੰਗ ਲੈਂਦੇ ਨੇ, ਮੈਂ ਸੰਖੇਪ ਵਿਚ ਅਰਜ਼ ਕਰਾਂ ਦੋ ਸ਼ਲੋਕ ਨੇ ਇਸ ਕਰਕੇ ਕਿੰਨੇ ਮੈਂ ਨਾ ਹੀ ਕੀਤਾ ਲੱਭੋ, ਮੈਂ ਲਾਲਚ ਨੀ ਕੀਤਾ। ਤੇ ਦੁਨੀਆਂ ਕਹਿ ਕਬੀਰ ਲਾਲਚੀ ਨਹੀਂ, ਇੱਕ ਨਾਂ ਤੇਰਾ ਮੈਂ ਸੱਦੇ, ਅਸਲ ਵਿਚ ਤਾਂ ਮੇਰੇ ਕਿਰਦੇ ਵਿਚ ਤੇਰਾ ਨਾਮ ਟਿਕਿਆ ਹੋਇਆ। ਸਾਧ ਸੰਗਤ ਸਤਿਗੁਰੂ ਕਹਿੰਦੇ ਨੇ ਜਦੋਂ ਮਾਲਾ ਕੇਵਲ ਵਿਖਾਵਾ ਰਹਿ ਗਏ, ਹਿਰਦੇ ਵਿਚ ਨਾਮ ਨਾ ਹੋਵੇ, ਸਾਰੀ ਜ਼ਿੰਦਗੀ ਮਾਲਾ ਹੀ ਘੁਮਾਉਂਦਾ ਰਿਹਾ ਤੇ ਅੰਦਰ ਵਾਲਾ ਮਨ ਤਾਂ ਇਕ ਦਿਨ ਵੀ ਫਿਰਿਆ ਨਹੀਂ, ਮਨ ਉਸੇ ਤਰ੍ਹਾਂ ਕੁਕਰਮ ਕਰਦਾ, ਹੱਥ ਵਿਚ ਮਾਲਾ ਪਕੜੀ ਫਿਰਦਾ ਤੇ ਮੇਰਾ ਗੁਰੂ ਗ੍ਰੰਥ ਸਾਹਿਬ ਬਚਨ ਕਰਦਾ, ਕਹਿੰਦਾ ਮੇਰਾ ਦਾਤਾ ਗੱਜ ਸਾਢੇ ਤਹਿ ਤਹਿ ਧੋਤੀਆਂ। ਜਦੋਂ ਪਖੰਡ ਬਣ ਗਿਆ ਮਾਲਾ, ਤੇਰੇ ਪਾਇਨ ਤਗ ਗਲੀ ਜਿਨ੍ਹਾਂ ਜਪ ਮਾਲੀਆਂ ਲੋਟੇ ਹੱਥ ਨਬਗ। ਦੁਨੀਆਂ ਕਹਿੰਦੀ ਏ ਪਰਮਾਤਮਾ, ਪਰ ਸਾਹਿਬ ਕਹਿੰਦੇ ਨੇ ਜੇ ਵਿਖਾਵਾ ਨਾ ਫਿਰ ਹਰ ਕੇ ਸੰਤ ਨਾ ਆਖੀਆਂ ਦਾਨ ਆਰਸ ਕੇ ਠੱਗ। ਉਹ ਬੰਦੇ ਠੱਗ ਨੇ ਜਿਹੜੇ ਕੇਵਲ ਧਰਮ ਦੇ ਚਿੰਨਾਂ ਦਾ ਵਿਖਾਵਾ ਕਰਕੇ ਦੁਨੀਆਂ ਨੂੰ ਠੱਗ ਦਿੱਤਾ। ਸਤਿਗੁਰੂ ਨੇ ਬੜੇ ਪਿਆਰੇ ਬਚਨ ਕਹਿ ਬਾਣੀ ਵਿਚ ਆਪਾਂ ਮਾਲਾ ਕਿਹੜੀ ਜਪਣੀ। ਸਾਹਿਬ ਨੇ ਬਚਨ ਕਹਿ ਕਬੀਰ ਸਾਹਿਬ ਦਾ ਬਚਨ ਹੁੰਦਾ, ਕਹਿਣ ਲੱਗੇ ਕਬੀਰ ਜਪਨੀ ਕਾਠ ਕੀ ਕਿਆ ਦਿਖਲਾਉਣਾ ਲੋ ਲੋ ਅਰਥ ਲੋਕ। ਉਹ ਕਬੀਰ ਤੂੰ ਮਾਲਾ ਲੱਕੜ ਦੀ ਬਣਾ ਕੇ ਦੁਨੀਆਂ ਨੂੰ ਦਿਖਾਉਣਾ ਕੀ ਕਰੇਗਾ, ਦੁਨੀਆਂ ਨੂੰ ਮਾਲਾ ਦਿਖਾ ਕੇ ਹਿਰਦੇ ਰਾਮ ਮੈਂ ਚੇਤੇ ਹੀ। ਇਹ ਮਾਲਾ ਕਿਆ ਹੋਏ ਜੇ ਹਿਰਦੇ ਵਿਚ ਕਦੀ ਅੰਦਰ ਨਾਮ ਦੀ ਰੋ ਨੀ ਚੱਲੀ ਤੇ ਸਾਰੀ ਜ਼ਿੰਦਗੀ ਦੁਨੀਆਂ ਨੂੰ ਮਾਲਾ ਦਿਖਾ ਕੇ ਪਰਮਾਨ। ਸਾਧ ਸੰਗਤ ਇਕ ਬੜਾ ਪਿਆਣਾ ਵਿਦਵਾਨ ਸਿੱਖ ਹੋਇਆ ਜਿਹਦਾ ਨਾਮ ਸੀ ਜੱਲਣ, ਭਾਈ ਕਾਨ ਸਿੰਘ ਨਾਭਾ ਨੇ ਇਹਨੂੰ ਅੰਮ੍ਰਿਤਸਰ ਦੇ ਜ਼ਿਲ੍ਹੇ ਦੇ ਨੇੜੇ ਦਾ ਲਿਖਿਆ। ਸਿੱਧੂ ਜੱਟ ਦਾ ਇਹ ਸਿੱਧੂ ਸੀ ਗੋਦ ਦਾ, ਕਹਿੰਦੇ ਨੇ ਇਹ ਰੱਬ ਦਾ ਭਗਤ ਸੀ, ਗੱਲਾਂ ਸਿੱਧੀਆਂ ਕਰਦਾ ਸੀ। ਆ ਕਈ ਵਾਰੀ ਅਸੀਂ ਪੜ੍ਹਨੇ ਨਾ, ਬੁੱਲਾ ਗਿਆ ਅਨਾਇਤ ਸ਼ਾਹ ਦੇ ਕੋਲ, ਇਹਨੇ ਕਿਹਾ ਜੀ ਮੈਂ ਰੱਬ ਨੂੰ ਪਾਉਣਾ। ਉਹਨੇ ਕਿਹਾ ਬੁੱਲਿਆ ਰੱਬ ਦਾ ਕੀ ਪਾਉਣਾ, ਇਧਰੋਂ ਪੁੱਟਣਾ ਤੇ ਇਧਰ ਲਾਉਣਾ। ਅਸਲ ਵਿਚ ਮਹਾਨ ਕੋਸ਼ ਦੇ ਕਰਤਾ ਮੁਤਾਬਕ ਇਹ ਬਚਨ ਅਨਾਇਤ ਸ਼ਾਹ ਦੇ ਨਹੀਂ, ਇਹ ਜੱਲਣ ਜੱਟ ਦੇ। ਉਹਨੇ ਕਿਹਾ ਸੀ ਰੱਬ ਨੂੰ ਕੀ ਰੱਬ ਦਾ ਕੀ ਪਾਉਣਾ, ਇਧਰੋਂ ਪੁੱਟਣਾ ਤੇ ਇਧਰ ਲਾਉਣਾ। ਖੈਰ ਲੋਕਾਂ ਨੇ ਉਧਰ ਇਸ ਗੱਲ ਨੂੰ ਜੋੜਿਆ। ਰੱਬ ਦੀ ਭਗਤੀ ਵਿਚ ਬੜਾ ਗੁਰਿੰਦ ਸੀ, ਗੁਰੂ ਨਾਨਕ ਦੀ ਅਪਾਰ ਕਿਰਪਾ ਸੀ। ਜਿਮੀਦਾਰਾ ਕਰਨਾ ਤੇ ਗੱਲ ਬਿਲਕੁਲ ਸਾਦੀ ਕਹਿਣੀ ਪਰ ਅੰਦਰ ਨੂੰ ਵਿੰਨ ਕੇ ਲੈ ਜਾਣੀ। ਉਹਨੇ ਮਾਲਾ ਦੇ ਬਾਰੇ ਨਾ ਇੱਕ ਬੜੀ ਸੋਹਣੀ ਰੁਬਾਈ ਲਿਖੀ ਤੇ ਉਹ ਮੇਰੇ ਮਨ ਨੂੰ ਬੜੀ ਜਚੀ। ਉਹ ਕਹਿਣ ਲੱਗਾ ਜਲਣਾ, ਉਹਨੇ ਆਪਣੇ ਤੇ ਝੁਕਾਈ ਇਹ ਪਖੰਡ ਨੂੰ ਕਿਵੇਂ ਪ੍ਰਗਟ ਕੀਤਾ। ਕਹਿਣ ਲੱਗਾ ਜਦੋਂ ਛੋਟਾ ਸਾਂ ਉਦੋਂ ਮਾਂ ਬਾਪ ਨੇ ਮੱਝਾਂ ਡੰਗਰਾਂ ਤੇ ਢੱਗਾਂ ਮਗਰ ਲਾਇਆ, ਛੋਟੀ ਉਮਰ ਵਿਚ ਢੱਗੇ ਚਾਰੇ। ਕਹਿਣ ਲੱਗੇ ਵੱਡਾ ਹੋਇਆ ਤੇ ਰੱਜ ਕੇ ਹਲ ਵਾਹ ਕੇ ਜ਼ਮੀਨ ਵਿਚੋਂ ਫਸਲ ਪੈਦਾ ਕੀਤੀ। ਕਹਿਣ ਲੱਗਾ ਸਾਰੀ ਜ਼ਿੰਦਗੀ ਕੀਤੇ ਪਾਪ, ਹੁਣ ਹੋ ਗਿਆ ਬੁੱਢਾ ਤੇ ਸੋਚਿਆ ਚੱਲ ਮਾੜਾ ਹੁਣ ਰੱਬ ਦਾ ਵੀ ਉਲਾਮਾ ਲਾ ਜਾਵਾਂ, ਵੀ ਇਹ ਵੀ ਨਾ ਕਹਿੰਦੇ ਭਗਤੀ ਨੀ ਕੀਤੀ। ਕਹਿਣ ਲੱਗੇ ਮਾਲਾ ਪਕੜ ਕੇ ਹੁਣ ਰੱਬ ਨੂੰ ਮਿਲਾਉਣ ਲੱਗ ਪਿਆ। ਗੱਲ ਉਹ ਪਖੰਡ ਵੀ ਕਰ ਰਹੇ ਨੇ, ਧਿਆਨ ਰੱਖਣਾ। ਕਹਿਣ ਲੱਗੇ ਲੋਕੀ ਮਾਲਾ ਬਣਾਉਂਦੇ ਨੇ ਕੋਈ ਸੂਤ ਦੀ ਕੋਈ ਮੋਤੀਆਂ ਦੀ। ਕਹਿਣ ਲੱਗੇ ਮੈਂ ਵੱਡਾ ਕਿੱਕਰ ਵੱਢਿਆ ਤੇ ਉਹਦੇ ਬਣਾ ਕੇ ਮੈਂ ਟੁਕੜੇ ਉਹਦੀ ਬਣਾਈ ਮਾਲਾ ਤੇ ਢੱਗਿਆਂ ਨਾਲ ਖਿੱਚ ਕੇ ਉੱਚੇ ਟਿੱਡੇ ਤੇ ਰੱਖੀ। ਕਹਿਣ ਲੱਗੇ ਥਾਂ ਮਣਕੇ ਤੇ ਮਣਕਾ ਮਾਰਿਆ, ਅਖੀਰ ਤੇ ਕਿਆ ਜਲਣਾ ਹੋਏ ਜਾਂ ਇੰਨੀ ਵੱਡੀ ਮਾਲਾ ਸਾਰੀ ਜ਼ਿੰਦਗੀ ਜਪਦਾ ਰਹੇ, ਜੇ ਇੱਕ ਛੋਟਾ ਜਿਹਾ ਵਾਲ ਨਹੀਂ ਤੂੰ ਖੋ ਸਕਿਆ ਤੇ ਏਡੀ ਵੱਡੀ ਮਾਲਾ ਜਪਣ ਦਾ ਲਾਭ ਕੋਈ ਨਹੀਂ। ਉਹਨੇ ਬੜੀ ਸੋਹਣੇ ਬਚਨ ਕਹਿ ਕਹਿਣ ਲੱਗੇ ਨਿੱਕੇ ਹੁੰਦਿਆਂ ਢੱਗੇ ਚਾਰੇ ਤੇ ਸਿੱਖ ਗੁਰੂ ਦਾ। ਕਹਿਣ ਲੱਗਾ ਵੱਡੇ ਹੋਇਆ ਹਲ ਵਾਹਿਆ, ਬੁੱਢੇ ਹੋਇਆ ਮਾਲਾ ਫੜ ਲਈ ਰੱਬ ਦਾ ਉਲਾਂਭਾ ਲਾਇਆ। ਕਹਿਣ ਲੱਗਾ ਵੱਡਾ ਕਿੱਕਰ ਵੱਢ ਕੇ ਜਪ ਮਾਲ ਬਣਾਇਆ, ਉੱਚੇ ਟਿੱਬੇ ਬੈਠ ਕੇ ਠਾ ਠਾ ਵਜਾਇਆ। ਅੱਗੇ ਲਿਖਦਾ ਲੋਕਾਂ ਦੀਆਂ ਜਪ ਮਾਲੀਆਂ, ਜਲਣ ਦਾ ਜਪ ਮਾਲ ਸਾਰੀ ਉਮਰ ਜਪੇਂਦੀਆਂ ਖੁੱਥਾ ਇੱਕ ਨਵਾ। ਸਾਰੀ ਉਮਰ ਲੰਘੀ ਖੁੱਥਾ ਇੱਕ ਨਵਾਲ ਦਾ ਮਤਲਬ ਏ ਆ ਹੋਮੇ ਦੀ ਧੀਤ ਬਿਲਕੁਲ ਬਰੀਕ ਦੀ ਸੀ, ਸਾਰੀ ਜ਼ਿੰਦਗੀ ਠਾ ਠਾ ਕਰਕੇ ਮਾਰਦਾ ਰਹੇ। ਅੱਗੇ ਕਹਿੰਦਾ ਸਾਂ ਮੈਂ ਜਪਦਾ ਨਹੀਂ, ਹੁਣ ਮਾਲਾ ਦਾ ਹੰਕਾਰ ਲੈ ਕੇ ਵਾਲ ਤਾਂ ਉਸੇ ਤਰ੍ਹਾਂ ਕਾਇਮ ਰਿਹਾ, ਹੋਮੇ ਦਾ ਪਰਦਾ ਤਾਂ ਟੁੱਟੇ। ਸਤਿਗੁਰੂ ਕਹਿੰਦੇ ਨੇ ਕਿਹੜੀ ਮਾਲਾ ਜਪਣੀ। ਬਾਣੀ ਵਿਚ ਬਚਨ ਹੁੰਦਾ ਗੁਰਦੇਵ ਜੀ ਦਾ, ਮਹਾਰਾਜ ਕਹਿੰਦੇ ਨੇ ਜੇ ਮਾਲਾ ਜਪਣੀ ਹੈ ਨਾ ਸੁਕ੍ਰਿਤ ਕਰਨੀ ਸਾਰ ਜਪ ਮਾਲੀ, ਜਿਹੜੀ ਸੁਕ੍ਰਿਤ ਦਰ ਤੇ ਸ਼ੁਭ ਕਿਰਤ ਹੈ ਨਾ ਸਭ ਤੋਂ ਸ੍ਰੇਸ਼ਟ ਇਹ ਸਾਰ ਜਪ ਮਾਲੀ, ਪ੍ਰਭੂ ਦੇ ਨਾਮ ਦਾ ਜਿਹੜਾ ਤੱਤ ਹੈ ਇਹਨੂੰ ਤੂੰ ਜਪ ਮਾਲੀ ਬਣਾ, ਇਹਨੂੰ ਮਾਲਾ ਬਣਾ, ਫਿਰ ਨੀ ਕਿਵੇਂ ਕਿਰਦਾ, ਫੇਰ ਚੱਲੇ ਤੂੰ ਦਮਾਲੀ।
इन हिरदे फेरिया कर, ए फेरी हुई माला तेरे नाल तुरे। सतगुरु ने वचन किया, कह लगे हर हर अखर दोए ए माला, हरी हरी क्या कर बस यही माला बन जाएगी। बार दे दंब नू छड़ दे, हर हर अखर दो ए माला, जपत जपत पै दीन दयाला, हर माला उर अंतर धारे, जन्म मरण का दुख निवारे, हिरदे संभाले मुख हर हर बोले। जेड़ा हिरदे विच इस माला नू जपद मुख तो हरी हरी कहिंदा है, ते मेरा सच्चा पातशाह कहिंदा है सो जन इत उत कतै न डोले। गुरु ग्रंथ साहिब कहिंदे जे माला जपनी है कबीर मेरी सिमरनी, रसना उपर राम। सब तो पहला श्लोक है कबीर जी का, एक पास माला कहिंदे ने भूखे भगत ना की जाए ये माला अपनी ली जाए, पर हुण अंदर दी अवस्था देखो। कहन लगे कबीर छड हुण माला की पड़नी है, हुण तो गुरु ने इन्नी की कृपा कर दी मेरी जबान ही माला बन गई। कबीर मेरी सिमरनी रसना उपर राम, आद जुगादी सगल भगत। आद जुगादी का अर्थ है, आद का अर्थ है जिदन सृष्टि बनी, जुगाद का अर्थ है जिदन युग आरंभ होए। आद जुगादी सगल भगत, जाता को सुख विश्राम, जिन्ने भी रब की भगती करने वाले पैदा होए, भावे जुगो पहला पैदा होए ने। कबीर साहब कहिंदे मैं नहीं, हर कोई कहिंदा जे प्यारे नू पाणे हिरदे दे विच प्यारे दे नाम की माला नू चला दे। ओ लड़ी चुके ना सतगुरु अज बचन पै करदे ने, कहन लगे कंठ रमणीए। रमणीए का अर्थ हुंदा रमणा उचारण करना, बोलना। कंठ दा अर्थ है गला, तू अपने गले तो वाहगुरु वाहगुरु उचारण कर, राम राम माला। जदो तू गले तो राम राम करेगा तो प्यारिया याद रखी ए राम राम ही तेरे लिए माला बन जाएगा। साहब कहिंदे ने कंठ रमणीए राम राम माला, हस्त ऊंच प्रेम धारणी। हुण हस्त का अर्थ वैसे बाणी विच हाथी भी आया, ते हस्त का अर्थ हाथ भी आया। इथे हस्त ऊंच का मतलब ए नहीं हथ उचा, इथे हस्त ऊंच का अर्थ है गोमुखी। मैं अर्ज किया गोमुखी ओ थैली जिदे विच माला पा के लोक के माला फेरी जाती है, पर लोक थैली नू जरूर देखदे। साहब कहिंदे ने गले नाल राम राम जप इनू माला बना, हस्त ऊंच प्रेम धारनी। जेड़ा तू हाथ विच थैली पकड़ के माला जपना पैना, अपने हिरदे विच प्रभु दे प्रेम नू धारण कर लै, इनू थैली बना लै। ते याद रख जिवें तू उस थैली नू जमीन ते नहीं लगन देंदा, अपनी छाती न ला के रखने, ते छाती न उस चीज नू ला के रखने जिहड़ी अत तो प्यारी होवे। जे बच्चा है मां बच्चे नू भी छाती न लांदी है। कई बार बंदा किसे चीज नू प्यार करे, आपां आम मुहावरा वरतने बंदा बड़ा एहो जिहा, ए तां रुपये नू छाती तो लांदा ही नहीं। इहदा मतलब सब तो प्यारी चीज छाती दे नेड़े ने। कहन लगे हस्त ऊंच प्रेम धारणी, तू इस थैली नू छाती नाल नाल ना ला, नाल 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 ला, तू गुरु परमेश्वर दे प्रेम नू छाती नाल ला के रखिया कर, सब तो प्यारी चीज ए बन जाए। कंठ रमणीए राम राम माला, हस्त ऊंच प्रेम धारणी। जी पणी जल उत्तम श्लोक, उत्तम श्लोक दर ते श्रेष्ठ बचन। तू गुरु की बाणी परमेश्वर दे नाम नू अपनी जबान तो जप। साहब कह लगे उदरलंग, उदरलंग दर ते तू तर जाएगा नैन नंदनी। नैन दा अर्थ होता है नेत्र, नंदनी दा अर्थ है आनंद देने वाली। जेड़ी आनंद देने वाली माया तेरिया अखा नू भुलेखे पांदी है। जे तू भलिया राम नाम की माला बना ले, ओदे प्रेम नू थैली बना ले, ओनू प्रेम नू छाती विच संपच डब्बा बना के ढक लवे, जबान तो बोले गुरु की बाणी, ते गुरु अर्जन साहब कहिंदे ठगण वाली माया कदी भी तेरिया अखा नू भुलेखा पा के ठग नहीं सके। तू हिरदे विच माला धारण कर। ते जेड़ा अगला श्लोक मेरे गुरुदेव ने कहा, मैं अर्ज करनी है बाणी विचों। कई बचन बाणी दे ऐसे ने, कई बारी सज्जन सुनदे ने ते उन्हां दे मन नू ठोकर जरूर लगदी है, पर प्यारियो गुरु सच कहिंदा है। भाई गुरदास कहिंदे ने गुरु ता दर्पण है, गुरु ता शीशा है, जे मेरा अपना चेहरा करूप है ते मैं शीशे नू कदी तोड़ा ना, क्योंकि शीशे ने ता सच बोलना। इसे करके एक विद्वान कहिंदा है, कहिंदा सिखां नू एक पासे क्या निर्मल पंथ,
ਤੇ ਦੂਜਾ ਪਾਸੇ ਜਿੰਨਾ ਇਹਨਾਂ ਉੱਤੇ ਤਸ਼ੱਦਦ ਤੇ ਜ਼ੁਲਮ ਹੁੰਦਾ ਕਿਤੇ ਮਿਸਾਲ ਨਹੀਂ ਮਿਲਦੀ। ਉਹ ਕਹਿੰਦਾ ਅਸਲ ਵਿਚ ਇਹ ਨੇ ਸ਼ੀਸ਼ੇ, ਇਹਨਾਂ ਨੂੰ ਫਰੇਬ ਕਰਨਾ ਆਉਂਦਾ ਨਹੀਂ, ਜੋ ਕੁਝ ਹੈ ਸੱਚ ਮੂੰਹ ਤੇ ਕਹਿ ਦਿੰਦੇ ਨੇ, ਤੇ ਜਿਹਦਾ ਆਪਣਾ ਚਿਹਰਾ ਕਰੂਪ ਹੋਵੇ ਕੋਸ਼ਿਸ਼ ਕਰਦਾ ਜਾਂ ਸ਼ੀਸ਼ਾ ਟੁੱਟ ਜਾਏ ਤੇ ਜਾਂ ਇਹਦਾ ਪਾਸਾ ਪਲਟਦਿਆਂ, ਕਿਉਂਕਿ ਉਹ ਆਪਣਾ ਚਿਹਰਾ ਸ਼ੀਸ਼ੇ ਵਿਚੋਂ ਵੇਖਣਾ ਨਹੀਂ ਚਾਹੁੰਦਾ। ਜਿਹੜਾ ਆਪ ਅੰਦਰੋਂ ਮੈਲਾ ਉਹਨੂੰ ਸੱਚ ਚੰਗਾ ਲੱਗਦਾ ਨਹੀਂ। ਮੈਂ ਅਰਜ਼ ਕਰ ਰਿਹਾ ਗੁਰਦੇਵ ਸੱਚ ਕਹਿੰਦੇ ਨੇ। ਅੱਜ ਅਸੀਂ ਕਹਿੰਦੇ ਹਾਂ ਗੁਰਮੰਤਰ ਦੀ ਕੀ ਲੋੜ ਏ। ਮੇਰਾ ਦਾਤਾ ਅੱਜ ਕਹਿੰਦਾ ਯਾਦ ਰੱਖੀ ਜੇ ਤੂੰ ਗੁਰੂ ਤੋਂ ਬੇਮੁਖ ਏ। ਜਿਹੜਾ ਸਾਕਤ ਬੰਦਾ ਕਹਿੰਦਾ ਮੈਨੂੰ ਗੁਰੂ ਦੀ ਲੋੜ ਹੀ ਨਹੀਂ, ਇਹਦਾ ਮਤਲਬ ਇਹ ਨਹੀਂ ਕਿ ਜਿਹੜੇ ਗੁਰਦੁਆਰੇ ਆਉਂਦੇ ਨੇ ਜੇ ਗੁਰੂ ਵੱਲ ਉਹ ਤੁਰਦੇ ਪਏ ਨੇ ਬੜੀ ਚੰਗੀ ਗੱਲ ਏ, ਪਰ ਜਿਹੜੇ ਇਹ ਬਿਲਕੁਲ ਆਕੀ ਬਣੇ ਬੈਠੇ ਨੇ ਗੁਰੂ ਦੀ ਕੀ ਲੋੜ। ਤੇ ਮੇਰਾ ਦਾਤਾ ਅੱਜ ਕਹਿ ਰਿਹਾ ਗੁਰਮੰਤਰ ਹੀ ਲੱਛਿਆ ਹੈ। ਜੋ ਪ੍ਰਾਣੀ ਗੁਰਮੰਤਰ ਗੁਰੂ ਦਾ ਮੰਤਰ ਖੀਣਸਿਆ ਦਰ ਤੇ ਖਾਲੀ, ਜੋ ਪ੍ਰਾਣੀ ਜਿਹੜੇ ਗੁਰੂ ਦੇ ਮੰਤਰ ਤੋਂ ਪ੍ਰਾਣੀ ਖਾਲੀ ਨੇ, ਤੇ ਗੁਰੂ ਪੰਚਮ ਪਾਤਸ਼ਾਹ ਕੀ ਕਹਿਣਾ ਚਾਹੁੰਦੇ ਹੋ? ਕਹਿਣ ਲੱਗੇ ਤਰਗੰਤ ਜਨਮ ਭ੍ਰਸ਼ਟ ਨੇ। ਜੇ ਕਿਸੇ ਬੰਦੇ ਨੂੰ 100 ਵਾਰੀ ਫਟਕਾਰ ਪਾਣੀ ਹੋਵੇ ਨਾ ਤੇ 1 ਵਾਰੀ ਸ਼ਬਦ ਕਹਿ ਦਿਓ ਤਰਗੰਤ, ਬਸ ਇੰਨੇ ਵਿਚ ਹੀ ਉਹਦਾ ਸਰ ਜਾਂਦਾ। 100 ਵਾਰੀ ਫਿਟੇ ਨੂੰ ਕਹਿਣ ਦੀ ਥਾਂ ਇੱਕੋ ਤ੍ਰਿਗ ਕਹਿ ਦਿਓ, ਤ੍ਰਿਗ 100 ਵਾਰੀ ਫਿਟੇ ਨੂੰ ਕਹਿਣ ਨੂੰ ਇੱਕੋ ਵਾਰੀ ਪੂਰਾ ਕਰ ਦਿੰਦਾ। ਕਈ ਸ਼ਬਦ ਐਸੇ ਨੇ ਪਵਿੱਤਰ 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 ਪੁਨੀਤ, ਬੜਾ ਸਿਆਣਾ ਇੱਕ ਵਿਦਵਾਨ ਲਿਖਦੇ ਨੇ, ਕਹਿਣ ਲੱਗੇ ਜੇ ਕਿਸੇ ਨੂੰ ਅੱਤ ਦਾ ਚੰਗਾ ਕਹਿਣਾ ਹੋਵੇ ਨਾ ਪੁਨੀਤ, 3 ਵਾਰੀ ਪਵਿੱਤਰ ਕਹਿ ਦਿਓ ਤੇ 1 ਵਾਰੀ ਪੁਨੀਤ ਕਹਿ ਦਿਓ, ਦੋਨੋਂ ਇੱਕੋ ਬਰਾਬਰ। ਸਾਹਿਬ ਕਹਿੰਦੇ ਨੇ ਗੁਰਮੰਤਰ ਹੀ ਨਸਿਆ ਜੋ ਪ੍ਰਾਣੀ, ਜਿਹੜੇ ਗੁਰੂ ਦੇ ਮੰਤਰ ਤੋਂ ਜੀਣੇ ਨੇ ਤਿਰਗੰਤ ਜਨਮ ਭ੍ਰਸ਼ਟ ਨੇ, ਉਹਨਾਂ ਦਾ ਜੀਵਨ ਤਰਕਾਰ ਯੋਗ ਏ। ਕਿਉਂ ਮਹਾਰਾਜ? ਉਹਨਾਂ ਦਾ ਜੀਵਨ ਕਿਸੇ ਕੰਮ ਨੇ ਜਿਹੜੇ ਗੁਰਮੰਤਰ ਤੋਂ ਹੀਣੇ ਨੇ ਖਾਲੀ ਨੇ। ਤੇ ਮੇਰੇ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਲਿਖਾਰੀ ਭਾਈ ਗੁਰਦਾਸ ਨੇ ਇਸ ਗੱਲ ਨੂੰ ਸਿੱਧ ਕਰਨ ਲਈ 5-6 ਉਦਾਹਰਣਾਂ ਦਿੱਤੀਆਂ। ਕਹਿਣ ਲੱਗੇ ਗੁਰੂ ਦੇ ਮੰਤਰ ਤੋਂ ਬਿਨਾਂ ਚਾਰਾ ਨਹੀਂ। ਆਪਾਂ ਬਾਣੀ ਵਿਚ ਵੀ ਪੜ੍ਹਨੇ ਸਤਿਗੁਰ ਬਾਜੋ ਗੁਰ ਨਹੀਂ ਕੋਈ, ਨਗੁਰੇ ਤਾਂ ਹੈ ਨਾਉ ਬੁਰਾ। ਕੀ ਕਾਰਨ ਕਿ ਗੁਰਮੰਤਰ ਤੋਂ ਬਿਨਾਂ ਬੰਦੇ ਦੀ ਕੋਈ ਕੀਮਤ ਨਹੀਂ? ਭਾਈ ਗੁਰਦਾਸ ਕਹਿੰਦੇ ਠੀਕ ਏ, ਟਕੇ ਨਾਲ ਚਾਰ ਦੁਨੀਆਂ ਦੇ ਬੰਦੇ ਤਾਂ ਜੈ ਜੈਕਾਰ ਕਰਨਗੇ, ਜਿੱਦਣ ਪ੍ਰਭੂ ਦੇ ਦਰ ਤੇ ਜਿਉ ਨਾ ਤੇ ਗੁਰਮੰਤਰ ਤੋਂ ਹੀਣੇ ਦੀ ਹਾਲਤ ਹੋਵੇ, ਜਿਵੇਂ ਕਿਸੇ ਨੇ ਦੁੱਧ ਵਿਚ ਪਾ ਕੇ ਮਧਾਣੀ ਦੁੱਧ ਰਿੜਕਿਆ, ਮੱਖਣ ਤਾਂ ਲਿਆ ਕੱਢ ਤੇ ਪਰਤ ਕੇ ਲੈ ਗਈ ਲੱਸੀ, ਤੇ ਭਾਈ ਗੁਰਦਾਸ ਕਹਿੰਦੇ ਨੇ ਲੋਕ ਮੱਖਣ ਨੂੰ ਤਾ ਕੇ ਘਿਓ ਬਣਾ ਕੇ ਸਾਂਭ ਕੇ ਰੱਖਣਗੇ, ਤੇ ਯਾਦ ਰੱਖੀ ਲੱਸੀ ਦੀ ਓਨੀ ਕੀਮਤ ਨਹੀਂ ਜਿੰਨੀ ਮੱਖਣ ਦੀ ਏ। ਕੁਝ ਦਿਨਾਂ ਤੋਂ ਬਾਅਦ ਉਸੀ ਲੱਸੀ ਨੂੰ ਜਦੋਂ ਬਦਬੋ ਆਵੇਗੀ, ਘਰ ਦੇ ਲੋਕ ਬਾਹਰ ਗਲੀ ਵਿਚ ਜਾਂ ਕਿਸੇ ਨਾਲੇ ਵਿਚ ਰੋੜ ਕੇ ਆ ਜਾਂਦੇ। ਯਾਦ ਰੱਖੀ ਗੁਰੂ ਦੇ ਮੰਤਰ ਤੋਂ ਬਿਨਾਂ ਇਸ ਤਰ੍ਹਾਂ ਹਾਲਤ ਹੀ ਜਿਵੇਂ ਮੱਖਣ ਨਿਕਲਣ ਤੋਂ ਬਾਅਦ ਲੱਸੀ ਨੂੰ ਨਾਲੇ ਵਿਚ ਰੋੜਿਆ ਜਾਂਦਾ, ਉਹਨੂੰ ਕੋਈ ਥਾਂ ਨਹੀਂ ਦਿੰਦਾ। ਭਾਈ ਸਾਹਿਬ ਨੇ ਦੂਸਰੀ ਉਦਾਹਰਨ ਦਿੱਤੀ, ਕਹਿਣ ਲੱਗੇ ਗੰਨਾ ਬੜਾ ਰਸ ਨਾਲ ਭਰਪੂਰ ਏ, ਜ਼ਿਮੀਦਾਰ ਉਹਨੂੰ ਬੰਨ ਕੇ ਉੱਚਿਆ ਕਰਦਾ, ਉਹਨੂੰ ਕੱਟ ਕੇ ਟੁਕੜੇ ਬਣਾ ਕੇ ਪੰਡ ਬਣਾ ਕੇ ਲਿਆਉਂਦਾ। ਜਿੰਨੀ ਦੇਰ ਤੱਕ ਗੰਨੇ ਵਿਚ ਰਸ ਏ, ਮਾਲਕ ਸਿਰ ਤੇ ਗੰਨੇ ਨੂੰ ਚੁੱਕ ਕੇ ਲਿਆਉਂਦਾ, ਤੇ ਜਿੱਦਣ ਉਸ ਗੰਨੇ ਵਿਚੋਂ ਰਸ ਨਿਕਲ ਗਿਆ ਤੇ ਉਹਦੀਆਂ ਜਿਹੜੀਆਂ ਪੱਛੀਆਂ ਨੇ ਉਹਦੇ ਜਿਹੜੇ ਛਿਲਕੇ ਨੇ, ਉਸ ਤਰ੍ਹਾਂ ਮਾਲਕ ਸਿਰ ਤੇ ਨਹੀਂ ਚੁੱਕਦਾ, ਕਹਿੰਦਾ ਹੁਣ ਛੱਡੋ ਇਹਦਾ ਕਰਨਾ ਕੀ, ਅੱਗ ਬਲਦੀ ਅੱਗ ਵਿਚ ਫੂਕ ਕੇ ਇਹਨੂੰ ਖਤਮ ਕਰ ਦੇ। ਇਹਦਾ ਮਤਲਬ ਰਸ ਤੋਂ ਹੀਣੇ ਗੰਨੇ ਦੇ ਛਿਲਕੇ ਲਈ ਅੱਗ, ਮੱਖਣ ਤੋਂ ਹੀਣੀ ਲੱਸੀ ਦੇ ਵਾਸਤੇ ਕੇਵਲ ਘਰੋਂ ਬਾਹਰ ਕੱਢਿਆ ਜਾਣਾ। ਭਾਈ ਗੁਰਦਾਸ ਨੇ ਤੀਜੀ ਉਦਾਹਰਨ ਦਿੱਤੀ, ਕਹਿਣ ਲੱਗੇ ਮਜੀਠ ਦੇ ਰੰਗ ਦੀ ਲੋਕ ਬੜੀ ਉਪਮਾ ਕਰਦੇ ਨੇ। ਬਾਣੀ ਵਿਚ ਮਜੀਠੀ ਰੰਗ ਨੂੰ ਨਾਮ ਨਾਲ ਤੁਲਨਾ ਦਿੱਤੀ, ਜਦੋਂ ਮਜੀਠ ਵਿਚੋਂ ਰੰਗ ਨਿਕਲ ਜਾਏ ਤੇ ਭਾਈ ਗੁਰਦਾਸ ਕਹਿੰਦੇ ਨੇ ਜਿਹੜੇ ਉਹਦੇ ਥੋਕੇ ਛਿਲਕੇ ਨੇ ਉਹਨੂੰ ਘਰੋਂ ਬਾਹਰ ਛੱਡ ਦਿੰਦੇ ਨੇ। ਉਹਨਾਂ ਨੇ ਅਗਲੀ ਉਦਾਹਰਨ ਦਿੱਤੀ, ਗੁਲਾਬ ਦੇ ਫੁੱਲ ਵਿਚ ਬੜੀ ਮਹਿਕ, ਹਰ ਬੰਦਾ ਫੁੱਲ ਦੀ ਤਾਰੀਫ ਕਰਦਾ ਤੇ ਜਿੱਦਣ ਫੁੱਲ ਵਿਚੋਂ ਮਹਿਕ ਨਿਕਲ ਜਾਏ ਉਹਦਾ ਕੋਈ ਸਾਥੀ ਨੀ, ਉਹਨੂੰ ਕੋਈ ਘਰ ਨੀ ਰੱਖਦਾ। ਤੇ ਯਾਦ ਰੱਖੀ ਸੱਜਣਾ, ਇਸ ਸਰੀਰ ਦੀ ਬੜੀ ਕੀਮਤ ਏ, ਜਿੱਦਣ ਸਰੀਰ ਵਿਚੋਂ ਆਤਮਾ ਨਿਕਲ ਜਾਏ ਸਰੀਰ ਦੀ ਕੋਈ ਕੀਮਤ ਨਹੀਂ। ਤੇ ਜਿਵੇਂ ਸਰੀਰ ਵਿਚ ਆਤਮਾ ਨਹੀਂ ਤੇ ਲੋਕ ਉਹਨੂੰ ਫੂਕ ਦਿੰਦੇ ਨੇ, ਤੇ ਜਿਸ ਹਿਰਦੇ ਵਿਚ ਗੁਰੂ ਦਾ ਮੰਤਰ ਨਹੀਂ ਉਹ ਵੀ ਇਸ ਤਰ੍ਹਾਂ ਜਿਵੇਂ ਚੱਲਦੀ ਚੁਲਦੀ ਲਾਸ਼ ਹੋਵੇ, ਉਹਦੀ ਕੋਈ ਕੀਮਤ ਨਹੀਂ। ਸਾਹਿਬ ਕਹਿ ਰਹੇ ਨੇ ਗੁਰਮੰਤਰ ਹੀ ਨਸਿਆ ਜੋ ਪ੍ਰਾਣੀ, ਤਿਰਗੰਤ ਜਨਮ ਭ੍ਰਸ਼ਟ ਨਾਲ ਮੈਂ ਗੱਲ ਕਰ ਰਿਹਾ ਹੀ ਨਸਿਆ ਤੇ ਖਾਲੀ ਏ ਜਿਹੜਾ ਗੁਰੂ ਤੋਂ ਬਿਨਾਂ। ਭਾਈ ਗੁਰਦਾਸ ਕਹਿੰਦੇ ਨੇ ਮੱਖਣ ਲਿਆ ਬਰੋਲ ਕੇ ਛਾ ਛੁੱਟੜ ਹੋਈ, ਸ਼ਾਇਦ ਦਾ ਅਰਥ ਲੱਸੀ, ਲੱਸੀ ਛੁੱਟੜ ਹੋ ਗਈ, ਕੋਈ ਨੀ ਸਾਰ ਪੁੱਛਦਾ। ਕਹਿਣ ਲੱਗੇ ਪੀਣ ਲਈ ਰਸ ਗੰਨੇ ਉਹ ਛਿਲ ਸਵੈ ਨਾ ਕੋਈ,
गन्ने का रस कढ लिया पर ओदी छिल नू कोई नहीं घर चुक के लिजांदा। भाई गुरदास कहिंदे रंग मजीद चो निकला है अड लहे में सोई कीमती बड़ा मजीद पर जो रंग निकल गया अद्धी कौडी इहदा मुल नहीं पैंदा। भाई साहब कहिंदे वास लई फुलवाड़ियों फुलां विचों मैं अर्क कढ लिया। कह लगे तिस मिला ना ढोई हुण कोई फुल नू रखण लई तैयार नहीं। काया हंस विछुणिया जदों इस शरीर विचों आत्मा रूपी हंस उडारी मैं मार गया तिस को न सथोई ओदा कोई साथी नहीं। भाई साहब ने जदों इह वार कही इन्हां दी पौड़ी पढ़ो ते बड़ियां रमजां खुलदियां ने। भाई गुरदास कहिंदे ने मक्खण ताते जिहदे कोल गुरु के नाम का तत नहीं ओदी कोई कीमत नहीं। याद रखी गन्ने विच मिठास है जिहदे कोल नाम का रस नहीं ओदी कोई कीमत नहीं। भाई गुरदास ने कहा मजीद का रंग ते कहन लगे जिहदी सुरत विच नाम का रंग नहीं ओदी कोई कीमत नहीं। रमजा ने सारिया कहन लगे सजना फुल विच मैं के जिहदे हिरदे विच नाम की सुगंधी नहीं ओदी कोई कीमत नहीं। काया विचो आत्मा निकल जाए शरीर की कोई कीमत नहीं ते जिस मनुख विचो गुरु निकल जाए ओदी भी कोई कीमत नहीं। भाई साहब कह रहे सन काया हंस में सुनिया किस को न सथोई अखीर विच कहिंदे बेमुख सुके रुख ज्यों वेखै सब लोई। बेमुख तां इस तरह जिवें सुका रुख होवे। साध संगत अगे जिहड़े सतगुरु ने बचन कहे गुरमंत्र ही दस्या जोड़ा गुरमंत्र तो हीण है। बाणी तुसी पढ़दे हो जदों असी आसा दीवार पढ़ने आ ना इहदे जिहड़े शलोक ने पहली जिहड़े पहली शलोक ने कमाल दी गल मेरे गुरु नानक बाबा जी ने पहले शलोकां विच गल ही गुरु दी कीती। जदों पुछदा जगियासु दा सवाल बड़ा सोहणा दित्ता गुरु तो बिना पार उतारा नहीं। कहिंदे ने मेरे बाबा नानक सतगुरु जी मैं अपने गुरु तो कुर्बान जाना। पुछया किन्नी वारी कहिंदे ने एक दिन विच सैकड़े वारी। महाराज क्यों कहन लगे मेरे सतगुरु कोल इन्नी कु ताकत है इह प्रेत तो जिन तो मनुख तो देवता बना दिंदा है। देखो कभी प्रकरण शलोक पढ़ के देखो कमाल कीती थी हजूर ने। कह लगे बलिहारी गुर अपने पहला अपने गुरु जी महिमा दिती बलिहारी गुर अपने देहाड़ी सद वार इत सद का अर्थ सदना नहीं इत सद अर्थ सौ ठीक है। बाणी विच सद का अर्थ सदना नहीं आया राम कली सादे का मतलब है अकाल पुरख का सदा पर इतने वे बलिहारी गुर अपने देहाड़ी सदवार क्यों कुरबान जाना वा क्योंकि जिन मानस ते देवते की ये करत ना लागी बार बार दर्थ देरी कर दे देरी नहीं लगी। फिर अगे मेरे सतगुरु कहिंदे ने जिस गुरु कोल इन्नी ताकत है ना ओदे तो बिना सरना नहीं। बंदा कहिंदा नहीं मेरा ते सर जाऊंगा गुरु तो बिना। मेरा हजूर कहिंदा नहीं एक बार दा हनेरा ही एक अंदर दा हनेरा ही। बार तां सूरज चंद्रमा अंधकार नूं दूर करदे ने पर अंदर दे हनेरे नूं भावे सैकड़े चंद्रमा ते सूरज चढ़ जाण अंदर दा हनेरा गुरु तो बिना दूर हुंदा ही। सतगुरु ने पहले शलोक विच गुरु की उपमा अगले शलोक विच गुरु देंदा की ये कह लगे जे सौ चंदा उगमे सूरज चढ़े हजार चेतै चानण होंदिआं गुर बिन घोर अंधार। अगला जदों शलोक पढ़िया ना जदों सतगुरु ने गुरु की सिफ दसी ते जिहड़ा मनमुख बंदा सी ओह कहिंदा मैं ना मानू कहिंदा मैं नहीं मानदा गुरु नूं मैं गुरु तो बिना नहीं जी सकना। हुण असीं कहिंदे अमृत दी की लोड़ है ते कई वारी के सज्जन कहिंदे ने फलाणे बंदे ने अमृत नहीं छकिया उहदा ते कम बड़ा सैट है जी असीं अमृत छकिया साडा कुछ भी नहीं। एक गल चेते रखियो प्यारिओ अमृत इस करके ना छकिओ कि मैनूं दुनिया दे सारे सुख मिलणगे। 1699 नूं अमृत संचार होया 1699 की विसाखी तो पहला तो गुरु आनंदपुर जरूर टिके है पर 1699 तो बाद केड़ा दिन नहीं आया जिदन मेरे कलगी वाले नु दुनिया ने दुख देने की कोशिश नहीं की। पर अमृत असल विच केवल दुनिया का सुख नहीं अमृत ओ दात है जेड़ा कहिंदा सिखा तेरी खोपड़ी तो अलहदा हो जाएगी पर याद रखी गुरु के अंदर दे अमृत नु कोई खो नहीं सकता। तेरा बंद बंद तो कटिया जाऊ पर कलगी वाले की दात कोई खो नहीं सकता। तेरा पुत्र तो तेरे सामने दो टुकड़े होके ते ओदा कलेजा मुंह विच पै सकेगा पर अंदरों अमृत की दात कोई नहीं खो सकेगा। ये अंदर की चढ़ती कला है। खैर जेड़े कहिंदे ने अमृत की लोड़ फलाने कोल भी सुख है मेरे बाबा जी ने शंकी निवृत्त कर दिते। कहन लगे जिमीदार ने बीजी कपाह की फसल ते असीं पिंडां विच वेखदे तां कपाह दे चार चुफेरे एक ओर ना तिलां दी कढ़नी ते कई बारी खेत भी तिलां दे बीजना बीज बीजना तिलां दा
ਤੇ ਜਦੋਂ ਕਿਤੇ ਬੱਦਲ ਚਮਕਦੇ ਨੇ ਤੇ ਤਿਲ ਤੇ ਚਣਿਆਂ ਵਿਚ ਬੜਾ ਵੱਡਾ ਉਗੜ। ਜਦੋਂ ਛੋਲਿਆਂ ਦੀ ਫਸਲ ਹੋਵੇ ਨਾ ਤੇ ਸਿਆਲ ਵਿਚ ਬੱਦਲ ਚਮਕੇ ਤੇ ਉਹਨਾਂ ਦੇ ਜਿਹੜੇ ਫਲ ਨੇ ਫਲੀਆਂ ਨੇ ਨਾ ਉਹ ਅੰਦਰੇ ਅੰਦਰ ਲਿਸ਼ਕ ਨਾਲ ਸੜ ਜਾਂਦੀਆਂ ਨੇ। ਸਾਹਿਬ ਕਹਿੰਦੇ ਨੇ ਤਿਲਾਂ ਦੇ ਬੂਟੇ ਪਹਿਲਾਂ ਜ਼ਮੀਨ ਵਾਹੀ, ਖਾਦ ਪਾਈ, ਪਾਣੀ ਲਾਇਆ ਤੇ ਜਦੋਂ ਤਿਲਾਂ ਦੀ ਫਸਲ ਪੈਦਾ ਹੋਈ ਤੇ ਉੱਤੋਂ ਚਮਕੀ ਬਿਜਲੀ ਤੇ ਕੁਝ ਕੁ ਤਿਲਾਂ ਦੇ ਜਿਹੜੇ ਫਲ ਸਨ ਉਹ ਅੰਦਰੇ ਅੰਦਰ ਸੜ ਕੇ ਸਵਾਹ ਹੋ ਗਏ। ਤੇ ਜ਼ਿਮੀਂਦਾਰ ਜਿੱਦਣ ਵੱਢਣ ਆਇਆ ਨਾ ਉਹਨੇ ਇੱਕ ਇੱਕ ਨੂੰ ਦੇਖਿਆ, ਜਿੰਨਾ ਤਿਲਾਂ ਦੀਆਂ ਫਲੀਆਂ ਵਿਚ ਦਾਣੇ ਸਨ ਉਹਨਾਂ ਨੂੰ ਪੱਟ ਕੇ ਜ਼ਿਮੀਂਦਾਰ ਘਰ ਨੂੰ ਲੈ ਗਿਆ ਤੇ ਜਿਹੜੇ ਸੜ ਗਏ ਸਨ। ਮੇਰਾ ਬਾਬਾ ਕਹਿੰਦਾ, ਜ਼ਿਮੀਂਦਾਰ ਕਹਿੰਦਾ, ਜਿਹੜੇ ਮੇਰੇ ਬਣ ਕੇ ਨਹੀਂ ਰਹੇ, ਮੈਂ ਇਹਨਾਂ ਕੋਈ ਦਿੱਤਾ ਖਾਦ ਦਿੱਤਾ, ਪਾਣੀ ਦਿੱਤਾ, ਵਾੜ ਲਾਈ, ਮੈਂ ਰਾਤ ਝਾਕ ਕੇ ਇਹਦਾ ਪਹਿਰਾ ਦਿੱਤਾ, ਜੇ ਇਹਨੇ ਆਪਣੇ ਪੱਲੇ ਕੁਝ ਨਹੀਂ ਪਾਇਆ ਇਹੋ ਜਿਹੇ ਖਾਲੀ ਨੂੰ ਮੇਰੇ ਘਰ ਦੇ ਵਿੱਚ ਖਾਈ ਕੋਈ। ਸਤਿਗੁਰੂ ਨੇ ਕਮਾਲ ਦੇ ਬਚਨ ਕਹਿ ਕਹਿਣ ਲੱਗੇ, ਜੀਵ ਰੱਬ ਹਰ ਇੱਕ ਨੂੰ ਘਰ ਦਿੰਦਾ ਹੀ, ਦੌਲਤ ਦਿੰਦਾ ਹੀ, ਸਵਾਸ ਦਿੰਦਾ ਹੀ, ਪਾਣੀ ਲਾਣ ਲੱਗਿਆ ਕਦੀ ਵਿਤਕਰਾ ਨਹੀਂ ਕੀਤਾ ਕਿ ਇਹਨਾਂ ਤਿਲਾਂ ਨੂੰ ਦੇਣਾ ਇਹਨਾਂ ਨੂੰ ਨਹੀਂ, ਖਾਦ ਪਾਉਣ ਲੱਗਿਆ ਵਿਤਕਰਾ ਨਹੀਂ, ਰੱਬ ਤੇ ਗੁਰੂ ਦੇਣ ਲੱਗਿਆ ਵਿਤਕਰਾ ਨਹੀਂ ਕਰਦਾ। ਤੇ ਜੇ ਗੁਰੂ ਤੋਂ ਖਾਲੀ ਰਹਿ ਗਏ ਤੇ ਜਿੱਦਣ ਉਹਦੇ ਘਰ ਨੂੰ ਗਏ ਖਾਲੀਆਂ ਨੂੰ ਜ਼ਿਮੀਂਦਾਰ ਦੇ ਘਰ ਵੀ ਥਾਂ ਨਹੀਂ। ਸਾਹਿਬ ਕਹਿੰਦੇ ਨੇ, ਨਾਨਕ ਗੁਰੂ ਨਾ ਚੇਤਨੀ ਗੁਰਮੰਤਰ ਹੀ ਨੱਚਿਆ ਜੋ ਪ੍ਰਾਣੀ, ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ ਦਰ ਤੇ ਚੁਸਤ ਚਲਾਕ ਤਰਕ ਕਰਨ ਵਾਲਾ। ਤੇ ਇੱਕ ਗੱਲ ਚੇਤੇ ਰੱਖੋ, ਅਸੀਂ ਕਹਿੰਦੇ ਫਲਾਣਾ ਬੰਦਾ ਨਾ ਉਹਨੇ ਅੰਮ੍ਰਿਤ ਦੇ ਵਿਸ਼ੇ ਤੇ ਗੱਲਾਂ ਕਰਕੇ ਅੰਮ੍ਰਿਤਧਾਰੀ ਨੂੰ ਨਿਰਉਤਰ ਕਰ ਦਿੱਤਾ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ, ਜਿੰਨੇ ਨਗੁਰੇ ਨੂੰ ਤਰਕ ਆਉਂਦੇ ਨੇ ਇੰਨੇ ਗੁਰੂ ਵਾਲੇ ਨੂੰ ਨਹੀਂ ਜਿਉਂਦੇ। ਸਾਹਿਬ ਕਹਿੰਦੇ, ਜਿਉਂ ਨਗੁਰਾ ਬਹੁ ਬਾਤਾਂ ਜਾਣੇ, ਉਹ ਹਰ ਦਰਗਾਹ ਹੈ ਭ੍ਰਸ਼ਟੀ, ਬੜੀਆਂ ਗੱਲਾਂ ਜਾਣਦੇ ਨਗੁਰਾ। ਸਾਹਿਬ ਕਹਿੰਦੇ ਨੇ, ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ, ਕੀ ਬਣੇਗਾ ਛੁੱਟਾ ਤਿਲ ਬੁਆੜ ਜੋ, ਬੁਆੜ ਦਰ ਤੇ ਖਾਲੀ ਸੁਣੀਏ ਜਿਹੜੇ ਸੜੇ ਹੋਏ ਨੇ, ਛੁੱਟਾ ਤਿਲ ਬੁਆੜ ਜੋ, ਸੁਣੀਏ ਅੰਦਰ ਖੇਤ, ਸੁਣੀਏ ਦਰਦ ਖਾਲੀਏ, ਗੁਰਮੰਤਰ ਹੀ ਨੱਸਿਆ ਜੋ ਪ੍ਰਾਣੀ, ਨਾਨਕ ਗੁਰੂ ਨੇ ਚੇਤਨੀ ਮਨ ਆਪਣੇ ਸੁਚੇਤ, ਛੁੱਟੇ ਤਿਲ ਬਵਾੜ ਜੋ, ਸੁਣੀਏ ਅੰਦਰ ਖੇਤ, ਖੇਤਾਂ ਅੰਦਰ ਛੁੱਟਿਆ ਕਹੋ ਨਾਨਕ ਸੌ ਨਾ, ਇੱਥੇ ਨਾ ਦਰ ਤੇ ਖਸਮ, ਜੇ ਅੰਦਰ ਦਾਣੇ ਪੈ ਜਾਂਦੇ ਇੱਕ ਖਸਮ ਬੰਨਾ ਸੀ, ਉਹ ਸੱਜਣਾ ਚ ਦਾਣੇ ਨਹੀਂ ਪਏ ਤੇ ਸੈਂਕੜੇ ਪਿੰਡਾਂ ਦੇ ਲੋਕ ਆਏ, ਉਹਨਾਂ ਨੇ ਟੁਕੜੇ ਟੁਕੜੇ ਕਰਕੇ ਤੋੜ ਕੇ ਘਰਾਂ ਨੂੰ ਲੈ ਗਏ। ਕਹਿਣ ਲੱਗੇ, ਛੁੱਟੇ ਤਿਲ ਬਵਾੜ ਜੋ, ਸੁਣੀਏ ਅੰਦਰ ਖੇਤ, ਤੇ ਗੁਰਮੰਤਰ ਤੋਂ ਬਿਨਾਂ ਹਾਲਤ ਕੀ ਏ। ਸਾਹਿਬ ਕਹਿੰਦੇ ਨੇ, ਫਲੀਆਂ ਫੁੱਲੀਆਂ ਬੱਪੜੇ, ਪੀ ਤਨ ਵਿਚ ਸਵਾਹ, ਕੱਦ ਕਾਚ ਵੀ ਹੋਇਆ ਪਰ ਕੀ ਹੋਇਆ, ਗੁਰਮੰਤਰ ਕਿਣਸਿਆ, ਨਾਮ ਤੋਂ ਬਿਨਾਂ ਤਾਂ ਖਾਲੀ ਏ ਨਾ। ਸਾਧ ਸੰਗਤ, ਗੁਰੂ ਤੋਂ ਬਿਨਾਂ ਪਾਰ ਉਤਾਰਾ ਨਹੀਂ। ਬਾਬਾ ਸਾਹਿਬ ਸਿੰਘ ਜੀ ਬੇਦੀ, ਜਿਨ੍ਹਾਂ ਨੇ ਸ਼ੇਰੇ ਪੰਜਾਬ ਨੂੰ ਰਾਜ ਤਿਲਕ ਦਿੱਤਾ ਸੀ, ਜਿਨ੍ਹਾਂ ਨੇ ਉਨਾ ਸਾਹਿਬ ਦੇ ਦਰਸ਼ਨ ਕੀਤੇ ਹੋਣਗੇ, ਉਨ੍ਹਾਂ ਦੇ ਕਿਲੇ ਨੂੰ ਕਦੀ ਤੱਕੋ, ਇਹਨਾਂ ਇਹਨਾਂ ਸੀ। ਇੱਥੋਂ ਤੱਕ ਕਹਿੰਦੇ 18-18 ਮਣ ਲੂਣ ਉਨ੍ਹਾਂ ਦੇ ਲੰਗਰ ਵਿਚ ਲੱਗਦਾ ਸੀ। ਇਹਦਾ ਮਤਲਬ ਕਿੰਨਾ ਕੁ ਵੱਡਾ ਉਨ੍ਹਾਂ ਦਾ ਪਸਾਰਾ ਸੀ। ਤੇ ਗੁਰੂ ਨਾਨਕ ਸਾਹਿਬ ਦੀ ਅੰਸ਼ ਵਿਚੋਂ ਨੇ, ਤੇ ਗੁਰੂ ਨਾਨਕ ਦੇ ਪੁੱਤਰਾਂ ਨੂੰ ਸਿੱਖਾਂ ਨੂੰ ਕਿਸੇ ਚੀਜ਼ ਦਾ ਘਾਟਾ ਨਹੀਂ ਦੇ। ਮੇਰੇ ਦਾਤੇ ਨੇ ਬੜੇ ਸੋਹਣੇ ਬਚਨ ਕਹਿ, ਭਾਈ ਸੰਤੋਖ ਸਿੰਘ ਲਿਖਦੇ ਨੇ, ਜਿੱਦਣ ਗੁਰਗੱਦੀ ਭਾਈ ਲੈਣੇ ਨੂੰ ਦੇ ਦਿੱਤੀ ਨਾ, ਤੇ ਮਾਤਾ ਸੁਲੱਖਣੀ ਨੇ ਕਿਹਾ ਸੀ, ਸਤਿਗੁਰੂ ਪੁੱਤਰ ਸ੍ਰੀ ਚੰਦ ਤੇ ਆ ਲਖਮੀ ਦਾਸ ਇਹਨਾਂ ਦਾ ਕੀ ਬਣੇਗਾ। ਤੇ ਸਤਿਗੁਰੂ ਨੇ ਬੜੇ ਸੋਹਣੀ ਗੱਲ ਕਹਿਣ ਲੱਗੇ, ਸੁਲੱਖਣੀਏ ਕਿਉਂ, ਕਹਿਣ ਲੱਗੀ ਇਹਨਾਂ ਦੀ ਰੋਟੀ ਦਾ ਕਿਵੇਂ ਚੱਲੇਗਾ। ਤੇ ਸਾਹਿਬ ਨੇ ਕਿਹਾ, ਸੁਲੱਖਣੀਏ ਐਸ ਗੁਰੂ ਘਰ ਵਿਚ ਬਹਿਣ ਵਾਲੇ ਜਿਹੜੇ ਕੁੱਤੇ ਨੇ ਨਾ, ਉਹਨਾਂ ਦੇ ਪੈਰਾਂ ਵਿਚ ਵੀ ਕਰਾਮਾਤਾਂ ਪੈਦਾ ਹੋ ਜਾਂਦੀਆਂ ਨੇ, ਇਹ ਤਾਂ ਗੁਰੂ ਦਾ ਪੁੱਤਰ ਨੇ, ਕੀ ਇਹਨਾਂ ਤੇ ਰੱਬ ਮਿਹਰ ਨਹੀਂ ਕਰੇਗਾ। ਕਵੀ ਜੀ ਨੇ ਲਿਖਿਆ, ਕਹਿਣ ਲੱਗੇ, ਗੁਰੂ ਘਰ ਕੇ ਜੇ ਹੋਏ ਸਵਾਨਾ, ਤਿਨਕੋ ਪੂਜਾ ਸਗਲ ਜਹਾਨਾ। ਉਸੇ ਅੰਸ਼ ਵਿਚੋਂ ਬਾਬਾ ਸਾਹਿਬ ਸਿੰਘ ਬੇਦੀ ਜਿਹੜੇ ਹੋਏ ਨੇ, ਪਰ ਮੈਂ ਅਰਜ਼ ਕਰ ਰਿਹਾ, ਗੁਰੂ ਮੰਤਰ ਲੈਣ ਤੋਂ ਬਿਨਾਂ ਗੁਜ਼ਾਰਾ ਨਹੀਂ, ਸਿੱਖ ਨੇ ਕਿਵੇਂ ਗੁਰੂ ਮੰਤਰ ਲੈਣਾ। ਸਵਾਲ ਉੱਠਦਾ, ਬਾਬਾ ਕਲਾਧਾਰੀ ਜੀ ਬਾਬਾ ਸਾਹਿਬ ਸਿੰਘ ਬੇਦੀ ਦੇ ਦਾਦੇ ਨੇ, ਬਾਬਾ ਕਲਾਧਾਰੀ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਸਮਕਾਲੀ ਹੋਏ ਨੇ। ਕਹਿੰਦੇ ਨੇ ਇੱਥੋਂ ਤੱਕ ਕਿ ਕੱਚੀਆਂ ਖੇਡ ਖੇਡਣੀ, ਤੇ ਉਨ੍ਹਾਂ ਦੇ ਇਤਿਹਾਸ ਵਿਚ ਇਹ ਮਿਲਦਾ, ਸਤਿਗੁਰੂ ਨੇ ਉਨ੍ਹਾਂ ਦੇ ਕੋਲ ਆ ਕੇ ਨਰਦਾਂ ਦੀ ਖੇਡ ਵੀ ਖੇਡਣੀ। ਉਥੇ ਬਾਬਾ ਕਲਾਧਾਰੀ ਨੇ ਨਾ ਇਕ ਦਿਨ ਗੁਰੂ ਕਲਗੀ ਵਾਲੇ ਦੇ ਚਰਨ ਪਕੜ ਕੇ ਬੇਨਤੀ ਕੀਤੀ। ਕਹਿਣ ਲੱਗੇ ਸੀ, ਗੁਰੂ ਨਾਨਕ ਦਾ ਖੂਨ ਜ਼ਰੂਰ ਆ ਪਰ ਜੋਤ ਤੁਹਾਡੇ ਕੋਲ ਏ, ਮੈਂ ਨਮਸਕਾਰ ਕਰਨਾ ਸਤਿਗੁਰੂ, ਮੇਰੇ ਘਰ ਪੁੱਤਰ ਅਜੀਤ ਸਿੰਘ ਏ, ਅਜੀਤ ਸਿੰਘ ਦੀ ਸ਼ਾਦੀ ਹੋਇਆ ਕਈ ਕਈ ਸਾਲ ਹੋ ਗਏ ਨੇ, ਅਜੇ ਘਰ ਕੋਈ ਪੁੱਤਰ ਨਹੀਂ ਪੈਦਾ ਹੋਇਆ, ਜੋਤ ਤੇਰੇ ਕੋਲ ਏ, ਗੁਰੂ ਨਾਨਕ ਦਾ ਖੂਨ ਅਸੀਂ ਆ,
देखी सतगुरु गुरु नानक दी अंश रुकेगी तो नहीं। कलगी वाले ने एक बचन क्या कह लगे, बाबा जी तुसी सत्कार योग हो, भल्या ने भी अमृत छक लिया, गुरु अमरदास दी अंश तेना ने भी अमृत छक लिया, सोटी भी नेड़े हो गए ने, ते तुसी अपने पुत्र नू अमृत दी दात दवा दियो, गुरु मेहर करेगा एहो जिहा पुत्र पैदा होवेगा, लोक ओदी कुर्बानी नू ओदी ताकत नू देख के नमस्कारा करने। बाबा अजीत सिंह ने अमृत पान किया, उस तू बाद फिर बाबा साहिब सिंह बेदी का जन्म होया, जिन्हां ने शेरे पंजाब नू मत्थे उते राज तिलक लाया सी, राज गद्दी ते बिठाया। मेरे कहण तो मना कहण तो मुराद मना, गुरु मंत्र तो खाली रहा ते सरना नहीं, गुरु मंत्र चिणक है जो प्राणी, तरगंत जन्म भ्रष्ट ने किन्ने कु जन्म भ्रष्ट है, साहब कहते ने कुकर है सुकर है गर्त भय काके सरत ने तुल खलै। हुण इस पंक्ति दे ध्यान अर्थ सुनने, कहते ने गुरु तो हीणा जेड़ा साकत कहिंदा मैनू गुरु की परवाह ही नहीं, कहते ने ओदा जीवन कुकर है ओदा जीवन कुत्ते दी तरह। ये बाणी का बचन जे सुकर है, मैं अर्ज कर रहा ओ ए नहीं कि जेड़े अजे तुरदे पए ने गुरु दे नेड़े हुंदे पए ने उन्हां नूं नहीं, जेड़ा तर्क करके कहिंदा गुरु नां दी चीज ही कोई नहीं, की लोड़ है गुरु दी, साहिब कहिंदे ने ओ कुकर है कुत्ते दी तरह, सुकर है सूर दी तरह, गर्त बहे गधे दी तरह, साहिब कहिंदे ने काके कां दी तरह, सर्प ने दर च सप दी तरह, तुल खलै तुल दर च बराबर खलै दर च मूर्ख, एक अर्थ ए भी ने। पर जदों आपां बाणी नूं पढ़िए तां इहदे अर्थ करन दा सवाद ही कुछ होर हुंदा। एक बीड़ विच पाठ आया, कुकर है सुकर है गर्द बै काके सर्प नै तुल खलै, उन्होंने भी पाठ दिता है। पर अर्थ करदे आं जदों वेखने आं, एक थां ऐसी है जिथे नगुरे तों कुत्ता भी उत्तम है, एक थां ऐसी है जिथे नगुरे तों जिहड़ा कहिंदा मैनूं गुरु दी परवाह नहीं उहदे तों सूर भी उच्चा। मैं बाणी विचों प्रमाण देने ने गुरु ग्रंथ साहिब की कृपा नाल, एक थां ऐसी है जिथे कां भी उच्चा बंदे उस नालों जिहड़ा नगुरा है। उह किवें? हजूर ने एक बचन किया बाणी विच, एक पासे कहिंदे ने एक भगत भगवान गुरु तेग बहादुर जी, जे प्राणी कै नाहे मन जैसे सूकर सुवान नानक मानो कहे तह, सूकर ते कूरच कुके कुत्ते ते सूर दी तरह। दूजे पासे नाल कह लगे नहीं, एक थां ऐसी है जिथे कुत्ता भी उस बंदे तो उच्चा है, कुत्ता बैठा मालक दे दर ते वफादार बन जांदा है मर जांदा पर मालक दे घर विच किसे नूं आउण नहीं दिंदा, नगुरा तां कुत्ते नाल भी भैड़ा है जिहड़ा वफादार बन दी भी जात नहीं सकदा। साहब कहिंदे ने स्वामी को ग्रिओ जो सदा समान तगत नहीं नित, इहदा मतलब कुत्ते विच गुण नानक ए बिधार भजो एक मन होए, एक चित कुत्ते विच कोई गुण है ताए का दाता कहिंदा एते कुकर हो बेगाना भौंका इस तन ताई। खैर मेरे कहण तो मुराद सतगुरु ने बाणी विच इथों तक कह दिता, जेड़ा साकत कहिंदा मैनूं गुरु दी लोड़ नहीं, कहण लगे मैं कहना नहीं चाहुंदा, कबीर कहिंदा तेरी जम्मण वाली अम्मा नालों तां उस भगत दी कुत्ती चंगी जेड़ी दिन रात बैठ के कदी उहदे कन्नां विच रब दी गल पैंदी है, तेरी मां तां तेरे पापां दी कमाई विचों हिस्सा भी बणांदी। उसे वचन किया कबीर, बैसलों की कुकर भली साकत की बुरी माए, ओनित सुने हर नाम जस ओ पाप बिसाहन जाए। सतगुरु कहन लगे सूर नूं आपां सारे माड़ा कहने, पर गुरु ग्रंथ साहिब ने जिथे कहन कुकर है सुकर है, पर एक थां ते सूर भी चंगा है। कबीर साहिब दे शब्द, सूर दा काम है गंदगी समेटना, साकत दा काम है गंदगी खलारना। धन गुरु ग्रंथ साहिब कहिंदे ने सूर दो दिन महल्ले विचों निकल गए, लोग कहणगे अज गली विच गंद पै गया सूर किथे गया, ते साकत बंदे दी मौत हो जाए, लोग नड़ोए ते जाके कहणगे चंगा मगरों लत्था शहर विच गंद ही पाया। साहिब कहिंदे ने कबीर साकत ते सूकर भला राख है आछा गऊ, साकत बपड़ा मर गया कोए ना लहै नऊ। कुकर है सुकर है अगे कहण लगे गर्द बह, गधे विच भी एक गोणी याद रखी ओ भी किसी रोजी का साधन बन जाता है। साहब अगे कहिंदे ने अगे का